ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਤ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ, ਮੈਂ ਜੀ ਆਇਆਂ। ਥੈਂਕ ਯੂ, ਸ਼ੁਕਰੀਆ ਜੀ। ਪੰਜਾਬ ਦੇ ਸਿਆਸੀ ਤੇ ਬਿਊਰੋਕਰੈਟਿਕ ਹਲਕਿਆਂ ਦੇ ਵਿੱਚ ਇੱਕ ਖਬਰ ਤੇਜ਼ੀ ਨਾਲ ਫੈਲਣ ਲੱਗੀ ਜਦੋਂ ਇੱਕ ਵੱਡੇ ਅਖਬਾਰ ਨੇ ਇੱਕ ਬਹੁਕਾਲਮੀ ਖਬਰ ਛਾਪੀ ਕਿ ਮੁੱਖ ਮੰਤਰੀ ਜਲੰਧਰ ਦੇ ਵਿੱਚ, ਜਲੰਧਰ ਵੈਸਟ ਚੋਣ ਜਿਹੜੀ ਹੋ ਰਹੀ ਹੈ, ਜ਼ਿਮਨੀ ਚੋਣ, ਉਹਦੇ 'ਚ ਕੰਪੇਨ ਦੇ ਚਿਹਰੇ ਨਹੀਂ ਹੋਣਗੇ ਆਮ ਆਦਮੀ ਪਾਰਟੀ ਦੇ। ਫਿਰ ਕਈ ਤਰ੍ਹਾਂ ਦੀਆਂ ਕਿਆਸਰ ਆਈਆਂ, ਕਈ ਤਰ੍ਹਾਂ ਦੀਆਂ ਕਨਸੋਵਾਂ ਕਿ ਕੀ ਮੁੱਖ ਮੰਤਰੀ ਨੂੰ ਪਿੱਛੇ ਹਟਾਇਆ ਗਿਆ ਪਾਰਟੀ ਵੱਲੋਂ, ਜਾਂ ਮੁੱਖ ਮੰਤਰੀ ਨੇ ਆਪ ਇਹ ਫੈਸਲਾ ਕੀਤਾ ਹੈ। ਸਾਰਾ ਦਿਨ ਇਹ ਸੱਤਾ ਦੇ ਗਲਿਆਰਿਆਂ 'ਚ ਗੱਲ ਚੱਲਦੀ ਰਹੀ ਕਿ ਕੀ ਸੱਚਮੁੱਚ ਕੋਈ ਪਾਵਰ ਸੈਂਟਰਸ ਦੇ ਵਿੱਚ ਤਣਾਅ ਹੈ, ਕੀ ਸੱਚਮੁੱਚ ਮੁੱਖ ਮੰਤਰੀ ਨੂੰ ਇਸ ਇਲੈਕਸ਼ਨ ਤੋਂ ਦੂਰ ਰੱਖਣ ਦੀ ਕੋਈ ਵਜ੍ਹਾ ਹੈ। ਇਹ ਸਾਰੇ ਸਵਾਲ ਅੱਜ ਉੱਠਦੇ ਰਹੇ ਕਿ ਕੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਹੋਰ ਕੋਈ ਰੱਦੋ ਬਦਲ ਸ਼ਾਮਲ ਹੈ। ਇਹ ਸਾਰੀਆਂ ਚੀਜ਼ਾਂ ਦੇ ਸਵਾਲਾਂ ਦੇ ਰੂਬਰੂ ਮੁੱਖ ਮੰਤਰੀ ਆ ਗਏ ਸਾਹਮਣੇ। ਉਹਨਾਂ ਨੇ ਜਿੰਨੀ ਵੀ ਧੁੰਦ ਸੀ ਸਾਰੀ ਹਟਾ ਦਿੱਤੀ ਹੈ, ਹੁਣ ਚੀਜ਼ਾਂ ਬਹੁਤ ਕਲੀਅਰ ਹੋਈਆਂ। ਆਖਰ ਇਹ ਖਬਰ ਕੀ ਹੈ ਔਰ ਮੁੱਖ ਮੰਤਰੀ ਨੇ ਇਹਦੇ ਉੱਤੇ ਜਿਹੜਾ ਰਿਐਕਟ ਕੀਤਾ ਉਹ ਕੀ ਹੈ, ਤੇ ਇਹਦੇ ਸੰਬੰਧੀ ਹੀ ਇੱਕ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਵੀ ਚੀਜ਼ਾਂ ਕਲੀਅਰ ਕੀਤੀਆਂ ਨੇ। ਇਹ ਨੌਬਤ ਕਿਉਂ ਆਉਂਦੀ ਹੈ, ਇੱਕ ਖਬਰ ਦੇ ਉੱਤੇ ਜਦੋਂ ਰਿਐਕਟ ਕਰਨਾ ਪੈਂਦਾ, ਚੀਜ਼ਾਂ ਕਿਵੇਂ ਅੱਗੇ ਵੱਧਦੀਆਂ ਆਪਾਂ ਉਹਨੂੰ ਸਮਝਦੇ ਹਾਂ। ਤੇ ਦੂਜਾ ਮਾਮਲਾ, ਲੰਘੇ ਦਿਨ ਜਲੰਧਰ ਦੇ ਵਿੱਚ ਅਕਾਲੀ ਦਲ ਦੇ ਅਹਿਮ ਆਗੂਆਂ ਦੀ ਇੱਕ ਗੁਪਤ ਮੀਟਿੰਗ ਹੋਈ ਸੀਗੀ, ਉਹ ਮੀਟਿੰਗ ਜਿਹੜੀ ਚਾਰੇ ਪਾਸਿਓਂ ਲੁਕਾ ਕੇ ਰੱਖੀ ਗਈ, ਉਹ ਮੀਟਿੰਗ ਇੱਕ ਐਸੀ ਜਗ੍ਹਾ ਤੇ ਹੋਈ ਆ ਜਿਹਦੇ ਨਾਲ ਇੱਕ ਰੌਚਕਤਾ ਦਾ ਪੱਧਰ ਇਕਦਮ ਹਾਈ ਹੋ ਗਿਆ। ਕੁਝ ਪੁਰਾਣੇ ਰਿਸ਼ਤੇ, ਕੁਝ ਅਕਾਲੀ ਦਲ ਦੇ ਆਪਣੇ ਸਰੋਕਾਰ, ਇਹਨਾਂ ਸਾਰਿਆਂ ਦੇ ਸਮਾਨਾਂਤਰ ਜਿਸ ਫਾਰਮ ਹਾਊਸ ਦੇ ਵਿੱਚ ਇਹ ਮੀਟਿੰਗ ਹੁੰਦੀ ਆ, ਉਹਦੀ ਮਾਲਕੀ ਔਰ ਉਹਦੇ ਮਾਲਕ ਦਾ ਵਿੱਚ ਸ਼ਾਮਿਲ ਰਹਿਣਾ ਮੀਟਿੰਗ ਦੇ ਵਿੱਚ, ਇਹ ਬਹੁਤ ਦਿਲਚਸਪ ਹੈ। ਮੈਂ ਇਸ ਜਗਿਆਸਾ ਨੂੰ ਬਣੀ ਰਹਿਣ ਦਿੰਦਾ, ਇਸ ਕਰਿਓਸਟੀ ਨੂੰ ਬਣਾ ਕੇ ਰੱਖਦਾ ਹੈ। ਸਰਦਾਰ ਹਮੀਤ ਸਿੰਘ ਹੋਰਾਂ ਕੋਲ ਸਿੱਧਾ ਚੱਲਦਾ ਹੈ ਕਿ ਦਰਅਸਲ ਇਹ ਜਿਹੜੀ ਮੀਟਿੰਗ ਹੈ ਕੱਲ ਦੀ, ਅਸੀਂ ਇਸੇ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿਉਂਕਿ ਅਸੀਂ ਕੰਟੀਨਿਊਟੀ ਦੇ ਵਿੱਚ ਹੈ। ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਆਗੂ ਜਿਹੜੇ ਕਿ ਅਕਾਲੀ ਦਲ ਨੂੰ ਫਿਰ ਬਿਹਤਰ ਵੇਖਣਾ ਚਾਹੁੰਦੇ ਨੇ ਔਰ ਉਹ ਲੀਡਰਸ਼ਿਪ ਸਮੇਤ ਸਾਰੇ ਹੀ ਮੁੱਦਿਆਂ ਦੇ ਉੱਤੇ ਗੱਲ ਕਰ ਰਹੇ ਨੇ, ਉਹਨਾਂ ਦਾ ਸਾਰਿਆਂ ਦਾ ਇੱਕ ਖਾਸ ਜਗ੍ਹਾ ਤੇ ਹੋਣਾ ਸਰਦਾਰ ਹਮੀਤ ਸਿੰਘ ਜੀ, ਔਰ ਉੱਥੇ ਇੱਕ ਖਾਸ ਵਿਅਕਤੀ ਦਾ ਹੋਣਾ ਜਿਹਨੂੰ ਪੰਜਾਬ ਦੇ ਵਿੱਚ ਪ੍ਰਭਾਵੀ ਸਿਆਸਤ ਤੇ ਮੰਨਿਆ ਜਾਂਦਾ ਰਿਹਾ ਤੇ ਅਕਾਲੀ ਸਿਆਸਤ ਤੇ ਬਹੁਤ ਹੀ ਪ੍ਰਭਾਵੀ ਮੰਨਿਆ ਜਾਂਦਾ ਰਿਹਾ, ਜੇ ਮੈਂ ਤੁਹਾਡੇ ਕੋਲੋਂ ਵਿਸਥਾਰ ਸਮਝਣਾ ਚਾਹਾਂ। ਬਿਲਕੁਲ, ਇਹ ਇੰਟਰਸਟਿੰਗ ਇਸ ਕਰਕੇ ਬਹੁਤ ਜ਼ਿਆਦਾ ਹੈ ਕਿ ਫਾਰਮ ਹਾਊਸ ਹੋਣਾ, ਉਹ ਵੀ ਨਿੱਜੀ ਫਾਰਮ ਹਾਊਸ, ਕੋਈ ਰੋਟੀ ਮਤਲਬ ਵੈਸੇ ਰਿਜ਼ੋਰਟ ਹੋਵੇ, ਕੋਈ ਕਿਰਾਏ ਦੀ ਬਿਲਡਿੰਗ ਹੋਵੇ, ਕੋਈ ਬਾਕੀ ਦੀਆਂ ਚੀਜ਼ਾਂ ਹੋਣ, ਹੋਟਲ ਹੋਵੇ, ਉਹ ਗੱਲਾਂ ਇੱਕ ਸੈਪਰੇਟ ਚੀਜ਼ ਹੁੰਦੀਆਂ ਨੇ। ਜਦੋਂ ਨਿੱਜੀ ਫਾਰਮ ਹਾਊਸ 'ਤੇ ਮੀਟਿੰਗ ਹੋਵੇ ਤੇ ਮੀਟਿੰਗ ਦੇ ਵਿੱਚ ਪੂਰੇ ਸਮੇਂ ਦੀ ਇਨਵੋਲਵਮੈਂਟ ਵੀ ਹੋਵੇ, ਨਾਲ ਸਰਗਰਮ ਸ਼ਮੂਲੀਅਤ ਹੋਵੇ, ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਹੋਵੇ, ਤਾਂ ਉਹ ਕਾਫ਼ੀ ਹੋਰ ਜ਼ਿਆਦਾ ਇੰਪੋਰਟੈਂਟ ਬਣ ਜਾਂਦੀ ਹੈ। ਔਰ ਜਲੰਧਰ ਦੇ ਵਿੱਚ, ਜਲੰਧਰ ਦੀਆਂ ਅਖਬਾਰਾਂ ਮੇਨਲੀ ਅਸਲ ਦੇ ਵਿੱਚ ਹਮੇਸ਼ਾ ਹੀ ਹਿਸਟੋਰੀਕਲੀ ਵੀ ਕਾਫ਼ੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਜਿਸ ਢੰਗ ਨਾਲ ਦਿਲਚਸਪੀ ਲੈਂਦੀਆਂ ਰਹੀਆਂ ਨੇ, ਵੈਸੇ ਦਿਲਚਸਪੀ ਹੋਣਾ ਹੋਰ ਗੱਲ ਹੈ, ਸਿਆਸਤ ਸਾਰੀਆਂ ਅਖਬਾਰਾਂ ਦੀ ਜਾਂ ਮੀਡੀਆ ਦੀ ਹੁੰਦੀ ਹੈ, ਪਰ ਉਹਦੇ ਅੰਦਰੂਨੀ ਢਾਂਚੇ 'ਚ ਉਹਨੂੰ ਕਿਵੇਂ ਚੱਲਣਾ ਚਾਹੀਦਾ, ਕਿਵੇਂ ਨਹੀਂ ਚੱਲਣਾ ਚਾਹੀਦਾ, ਕਿਵੇਂ ਐਡਵਾਈਜ਼ਰ ਦਾ ਰੋਲ ਹੋ ਸਕਦਾ, ਕੀ ਬਾਕੀ ਰੋਲ ਹੋ ਸਕਦੇ ਨੇ, ਉਹ ਸਾਰੀਆਂ ਚੀਜ਼ਾਂ ਦਾ ਮਾਮਲੇ ਨੇ। ਔਰ ਇਹ ਜਿਹੜੀ ਮੀਟਿੰਗ ਹੋਈ ਹੈ, ਜਿਹੜੀ ਕਿਹਾ ਜਾਂਦਾ ਕਿ ਅਜੀਤ ਜਿਹੜੇ ਸਮੂਹ ਹੈ, ਜਿਹੜੇ ਉਹਨਾਂ ਦੇ ਮਾਲਕ ਨੇ ਤੇ ਉਹਨਾਂ ਦੇ MD ਕਹੋ, ਸਾਰੇ ਜਿਹੜਾ ਮਰਜ਼ੀ ਰੁਤਬਾ ਦੇ ਦਿਓ, ਸਾਰਾ ਕੁਛ ਉਹਨਾਂ ਕੋਲ ਹੀ ਹੈ, ਪ੍ਰਬੰਧਕੀ ਸੰਪਾਦਕ ਹੁੰਦੇ ਨੇ,
हाँ एमडी प्रबंधकीय संपादक ही ने एक्चुअली मैनेजिंग एडिटर डायरेक्टर कहो जां एडिटर कहो ਉਹਨਾਂ ਦੇ ਫਾਰਮ ਹਾਊਸ ਤੇ ਜਦੋਂ ਮੀਟਿੰਗ ਹੁੰਦੀ ਹੈ ਔਰ ਫਿਰ ਉਹ ਮੀਟਿੰਗ ਗੁਪਤ ਰੱਖੀ ਜਾਂਦੀ ਹੈ। ਗੁਪਤ ਅੱਜ ਕੱਲ ਕਿਵੇਂ ਹੋ ਜੂਗੀ, ਐਡੇ ਫਾਰਮ ਹਾਊਸ ਗੁਪਤ ਨਹੀਂ ਹੁੰਦੇ ਮੇਰੇ ਖਿਆਲ ਹੈ, ਬਹੁਤ ਸਾਰੇ ਬੰਦੇ ਜਾਂਦੇ ਨੇ ਐਡੀ ਐਡੀ ਦੂਰੋਂ, ਇੰਨੇ ਬਾਡੀਗਾਰਡ, ਇੰਨਾ ਲਵ ਲਸ਼ਕਰ, ਸਾਰਾ ਕੁਝ ਹੈ ਤੇ ਉਹ ਚੀਜ਼ਾਂ ਤਾਂ ਨਹੀਂ ਹੁੰਦੀਆਂ। ਪਰ ਸਭ ਤੋਂ ਇੰਪੋਰਟੈਂਟ ਗੱਲ ਕੀ ਹੈ, ਇੰਪੋਰਟੈਂਟ ਗੱਲ ਇਹ ਹੈ ਕਿ ਅਕਾਲੀ ਦਲ ਦੇ ਅੰਦਰ ਇੱਕ ਮੂਵ ਚੱਲ ਰਹੀ ਹੈ ਤੇ ਉਹ ਅਕਾਲੀ ਦਲ ਦੀ ਮੂਵ ਇਹ ਹੈ ਕਿ ਅਕਾਲੀ ਦਲ ਬਚਾਓ, ਸ਼੍ਰੋਮਣੀ ਅਕਾਲੀ ਦਲ ਬਚਾਓ ਦਾ ਕੋਈ ਨਾਰਾ ਦੇਣ ਵਾਲੀ ਹੈ। ਔਰ ਉਹ ਸਾਰੀਆਂ ਨਾਰੇ ਦੇ ਵਿੱਚ ਕੀ ਕੋਈ ਪਾਰਟੀ ਤੋਂ ਬਾਹਰ ਦਾ ਬੰਦਾ, ਜਦੋਂ ਕੋਈ ਇਹ ਗੱਲਾਂ ਕਰਦੇ ਆ ਨਾ ਕਈ ਵਾਰ ਇਹ ਹੁੰਦਾ ਕਿ ਪਾਰਟੀ ਦੀ ਅੰਦਰੂਨੀ ਮੀਟਿੰਗ ਹੈ ਜੀ, ਜਦੋਂ ਇਹ ਗੱਲ ਵੀ ਪੁੱਛੀ ਜਾਂਦੀ ਹੈ ਇਵਨ ਆਦੇਸ਼ ਪ੍ਰਤਾਪ ਨਹੀਂ ਆਏ ਤਾਂ ਇੱਕ ਨੋਰਮਲੀ ਜਵਾਬ ਜਾ ਮਿਲਦਾ ਕਿ ਅਜੇ ਉਹ ਪਾਰਟੀ ਚੋਂ ਨਿਕਲੇ ਹੋਏ ਨੇ ਜਾਂ ਕੱਢੇ ਹੋਏ ਨੇ, ਹਜੇ ਪਾਰਟੀ ਦੇ ਬੰਦੇ ਹੀ ਅੰਦਰ ਨੇ, ਤਾਂ ਇੱਕ ਨੋਨ ਮੈਂਬਰ ਔਰ ਪ੍ਰਭਾਵਸ਼ਾਲੀ ਬੰਦੇ ਤੇ ਜਦੋਂ ਕਿਸੇ ਨਾਲ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਮੀਟਿੰਗ ਹੀ ਉਹਨਾਂ ਨੇ ਬੁਲਾਈ ਸੀ, ਜੇ ਮੈਨੂੰ ਤਾਂ ਜੋ ਮੇਰੀ ਪਰਸਨਲ ਅੰਡਰਸਟੈਂਡਿੰਗ ਵੀ ਆਈ, ਮੈਂ ਜਿਹਨਾਂ ਨਾਲ ਗੱਲ ਕੀਤੀ ਕੁਝ ਮੈਂਬਰਾਂ ਨਾਲ ਜਿਹੜੇ ਸ਼ਾਮਲ ਸੀਗੇ, ਉਹ ਕਹਿੰਦੇ ਵੀ ਉੱਥੇ ਉਹ ਜਗ੍ਹਾ ਸੁਜੈਸਟ ਕਰਨਾ ਤੇ ਉੱਥੇ ਮੀਟਿੰਗ ਕਰਾਉਣਾ ਤੇ ਇਹ ਉਹਨਾਂ ਦੀ ਬਲਕਿ ਪਹਿਲ ਸੀ, ਨਾਲ ਉਹਨਾਂ ਨੇ ਇੱਕ ਰੋਲ ਵੀ ਪਲੇ ਕੀਤਾ ਵੀ ਮਾਮਲੇ ਨੂੰ ਹੁਣ ਸਿਰ ਅੰਜਾਮ ਤੱਕ ਪਹੁੰਚਾਉਣਾ ਜ਼ਰੂਰੀ ਹੈ, ਮਤਲਬ ਐ ਨਹੀਂ ਵੀ ਕਦੇ ਇੱਧਰ ਹੋ ਗਏ ਕਦੇ ਇੱਧਰ, ਤਾਂ ਪੰਥ ਬਚੂ ਤਾਂ ਅਕਾਲੀ ਦਲ ਬਚੂਗਾ, ਭਾਸ਼ਾ ਇਹੀ ਹੈ, ਇਸ ਐਂਗਲ ਤੋਂ ਹੀ ਅੱਗੇ ਤੁਰਦੀ ਹੈ ਜਿਹੜੀ ਬਾਕੀ ਦੀ ਗੱਲਬਾਤ ਤੁਰਦੀ ਹੈ ਕਿਸੇ ਨਾ ਕਿਸੇ ਰੂਪ ਚ। ਹੁਣ ਇਹ ਸਾਰੇ ਸੰਬੰਧਾਂ ਦਾ ਮਾਮਲਾ ਜਦੋਂ ਪੋਲੀਟੀਕਲ ਐਂਗਲ ਆਉਂਦਾ, ਉਹ ਆਪ ਵੀ ਮੇਰਾ ਖਿਆਲ ਹੈ ਕਦੇ ਉਹਨਾਂ ਨੇ ਛੁਪਾਇਆ ਨਹੀਂ ਹੈ, ਹਿਸਟੋਰੀਕਲੀ ਕਿ ਮੈਂ ਗੱਲ ਕਰਦਾ ਰਿਹਾ, ਜਦੋਂ ਬਾਦਲ ਸਾਹਿਬ ਦੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਬਰਸੀ ਸੀ, ਬਰਸੀ ਤੇ ਜਦੋਂ ਉਹਨਾਂ ਨੇ ਭਾਸ਼ਣ ਕੀਤਾ ਤਾਂ ਉਹਨਾਂ ਨੇ ਕਈ ਗੱਲਾਂ ਯਾਦਾਂ ਕੀਤੀਆਂ ਤਾਜ਼ੀਆਂ, ਯਾਦਾਂ 'ਚ ਕਈ ਗੱਲ ਵੀ ਸੀ ਕਿ ਫਿਰ ਪੰਜਾਬ ਦੇ ਕਰਜ਼ੇ ਬਾਰੇ ਗੁਜਰਾਲ ਸਾਹਿਬ ਆਏ ਹੋਏ ਸੀ ਉਹਨਾਂ ਦੇ ਘਰ, ਫਿਰ ਬਾਦਲ ਸਾਹਿਬ ਨੂੰ ਟੈਲੀਫੋਨ ਕਰਕੇ ਉੱਥੇ ਵੀ ਬੁਲਾ ਲਿਆ ਸੀ, ਫਿਰ ਉਹ ਬੈਠ ਕੇ ਕਰਜ਼ੇ ਤੇ ਲੀਕ ਮਾਰਨ ਦੀ ਗੱਲ ਹੋਈ, ਮਤਲਬ ਉਹ ਜਿਹੜਾ ਇਹ ਸੂਤਰਧਾਰ ਦੇ ਰੋਲ ਦੀ ਕਦੇ ਵੀ ਉਹਨਾਂ ਨੇ ਐ ਨਹੀਂ ਕੀਤਾ ਕਿ ਮੈਂ ਇਹ ਨਹੀਂ ਕਰਦਾ, ਸਗੋਂ ਓਪਨਲੀ ਦੱਸਿਆ, ਬੜੀ ਵਾਰ ਦੱਸਿਆ ਆਪਣੀ ਜਿਹੜੀ ਗੱਲ ਹੈ। ਤੇ ਹੁਣ ਇਹ ਰੋਲ ਜਿਹੜਾ ਅਕਾਲੀ ਦਲ ਦੇ ਵਿੱਚ ਨਿਭਾਇਆ ਜਾ ਰਿਹਾ ਹੈ, ਇਹਦੇ ਚ ਦੋ ਤਿੰਨ ਗੱਲਾਂ ਬੜੀਆਂ ਕਲੀਅਰ ਨੇ, ਤੇ ਹਾਲਾਂਕਿ ਮੈਂ ਵੀ ਇਹ ਪੁੱਛਿਆ ਪਲਟਾ ਕੇ ਵੀ ਕੁਝ ਸੱਜਣਾ ਨੂੰ ਵੀ ਤੁਹਾਡੀ ਜਿਹੜਾ ਇਹ ਇੱਕ ਮੈਥਡ ਹੈ, ਇੱਕ ਮਤਲਬ ਐਂਗਲ ਸੀਗਾ ਕਿ ਬੀਜੇਪੀ ਨਾਲ ਤਾਂ ਹੁਣ ਜਾਣ ਦਾ ਇੱਕ ਕੰਮ ਠੱਪ ਕਰ ਦਿਓ, ਬਾਕੀ ਚੀਜ਼ਾਂ ਕਰ ਦਿਓ, ਤੇ ਬਾਕੀ ਇਹ ਗੱਲ ਹੈ ਕਿ ਤੁਹਾਡੇ ਚ ਕਈ ਸੱਜਣ ਵੀ ਪਹਿਲਾਂ ਬੀਜੇਪੀ ਨਾਲ ਵਕਾਲਤ ਕਰਦੇ ਰਹੇ, ਔਰ ਇਹ ਵੀ ਮੰਨਿਆ ਜਾ ਰਿਹਾ ਕਿ ਜਿਹੜੇ ਮੀਡੀਆ ਬੈਰਨ ਨੇ ਉਹ ਉਹਨਾਂ ਦਾ ਵੀ ਪ੍ਰਧਾਨ ਮੰਤਰੀ ਦੇ ਨਾਲ ਬਹੁਤ ਨੇੜਲਾ ਸੰਬੰਧ ਮੰਨਿਆ ਜਾਂਦਾ ਹੈ, ਉਹਨਾਂ ਨੇ ਵੀ ਬਕਾਇਦਾ ਜਾ ਕੇ ਫੋਟੋ ਵੀ ਪਾਈ ਆਪਣੇ ਅਖਬਾਰ ਚ ਛਾਪੀ, ਬਾਕੀ ਚੀਜ਼ਾਂ ਨੇ ਕਿਉਂਕਿ ਤੁਸੀਂ ਇਹ ਮੰਨਦੇ ਹੋ ਸਾਰੀਆਂ ਚੀਜ਼ਾਂ ਨੇ, ਤੇ ਇਹਦੇ ਚ ਬੀਜੇਪੀ ਦੇ ਵਰਤਾਰੇ ਦਾ ਕੋਈ ਰੋਲ ਹੈ ਜਾਂ ਨਹੀਂ ਹੈ, ਤਾਂ ਜਵਾਬ ਕੇਵਲ ਇੰਨਾ ਕੁ ਮਿਲਿਆ ਸੀ ਕਿ ਅਜੇ ਨਹੀਂ, ਅਜੇ ਤਾਂ ਪੰਥ ਨੂੰ ਠੀਕ ਕਰਨਾ ਅਜੇ ਤੱਕ ਬਿਲਕੁਲ ਇਹ ਕੋਈ ਗੱਲ ਨਹੀਂ ਹੈ, ਤਾਂ ਕੀ ਇਹ ਫਿਰ ਸੰਕੇਤ ਨਹੀਂ ਮਿਲਣਗੇ? ਜਿਹੜਾ ਅਕਾਲੀ ਦਲ ਇੱਕ ਗੱਲ ਕਰਦਾ, ਅਕਾਲੀ ਦਲ ਦੇ ਪੂਰਾ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ, ਰਿਵਿਊ ਹੋਇਆ ਇਲੈਕਸ਼ਨ, ਉਹਦੇ ਚ ਇਹ ਬੋਲਿਆ ਜਾ ਰਿਹਾ ਹੈ ਕਿ ਅਸੀਂ ਕਿਉਂ ਹਾਸੀਏ ਤੇ ਚਲੇ ਗਏ, ਉਹਦਾ ਇੱਕ ਕਾਰਨ ਇਹ ਹੈ ਕਿ ਅਸੀਂ ਕਲੈਰਿਟੀ ਨਹੀਂ ਕਰ ਪਾਏ ਕਿ ਅਸੀਂ ਬੀਜੇਪੀ ਨਾਲ ਨਹੀਂ ਜਾਣਾ, ਲੋਕਾਂ ਨੂੰ ਇਹ ਰਿਹਾ, ਪ੍ਰਧਾਨ ਮੰਤਰੀ ਨੇ ਨਹੀਂ ਬੋਲਿਆ ਸਾਡੇ ਬਾਰੇ ਕੁਝ ਆ ਕੇ, ਤੇ ਲੋਕਾਂ ਨੂੰ ਵੀ ਇਹ ਰਿਹਾ ਵੀ ਇਹ ਤਾਂ ਬੀਜੇਪੀ ਨਾਲ ਹੀ ਜਾਣਗੇ, ਇਸ ਕਰਕੇ ਸਾਡਾ ਜਿਹੜਾ ਡਾਊਨਫਾਲ ਜ਼ਿਆਦਾ ਗਿਆ ਤੇ ਲੋਕ ਇਹਦੇ ਨਾਲ ਟੁੱਟ ਗਏ। ਇਹ ਤੁਸੀਂ ਨਹੀਂ ਲੋਕਾਂ ਨੂੰ ਜਚਾ ਸਕੇ ਤਾਂ ਜਿਹੜੀ ਇਹ ਮੀਟਿੰਗ ਹੋ ਰਹੀ ਹੈ ਤੇ ਉਹ ਸਾਰੇ ਸੱਜਣ ਕਿਵੇਂ ਜਚਾਉਣਗੇ ਲੋਕਾਂ ਨੂੰ ਕਿ ਅਸੀਂ ਵੀ ਫਿਰ ਮੀਟਿੰਗ ਦੇ ਵਿੱਚ ਬੀਜੇਪੀ ਨਾਲ ਉਸ ਤਰੀਕੇ ਦੇ ਨਾਲ ਸਾਡਾ ਰਿਲੇਸ਼ਨ ਰਹੂਗਾ ਨਹੀਂ ਰਹੂਗਾ? ਇਹ ਥੋੜਾ ਜਿਹਾ ਟਫ ਕੰਮ ਹੋ ਜਾਂਦਾ, ਔਖਾ ਕੰਮ ਹੋ ਜਾਂਦਾ, ਵਰਨਾ ਮੈਨੂੰ ਇਹ ਲੱਗਦਾ ਕਿ ਜਿੱਡੇ ਜਿੱਡੇ ਵੱਡੇ ਲੀਡਰ ਨੇ ਉਹਨਾਂ ਨੂੰ ਕੋਈ ਥਾਂ ਲੱਭਣੀ, ਕਿਸੇ ਜਗ੍ਹਾ ਦੇ ਵਿੱਚ ਬੈਠਣਾ, ਕਿਸੇ ਹੋਰ ਜਗ੍ਹਾ ਕਰਨਾ, ਇਹ ਤਾਂ ਦਿੱਕਤ ਵਾਲੀ ਗੱਲ ਹੀ ਨਹੀਂ,
ਇਹ ਤਾਂ ਉਹ ਕੱਲੇ ਕੱਲੇ ਦੀ ਕੋਠੀ ਉਹ ਐਡੀ ਹੈ, ਜਿਹਦੇ ਚ ਮਰਜ਼ੀ ਮੀਟਿੰਗਾਂ ਕਰ ਲਓ ਜਾ ਕੇ, ਐਡੀ ਤਾਂ ਕੋਈ ਪ੍ਰੋਬਲਮ ਨਹੀਂ ਹੈ, ਜਿਹੜੇ ਸਾਰੇ ਸੱਜਣ ਉੱਥੇ ਨੇ ਜੇ ਕਿਤੇ ਗੱਲ ਵੀ ਕਰਨੀ ਹੁੰਦੀ। ਮਾਮਲਾ ਕੱਲਾ ਜਗ੍ਹਾ ਦਾ ਨਹੀਂ ਹੈ, ਜਗ੍ਹਾ ਤੋਂ ਜ਼ਿਆਦਾ ਮਾਮਲਾ ਸੂਤਰਧਾਰ ਬਣਨ ਦਾ ਤੇ ਜਗ੍ਹਾ ਤੋਂ ਵੱਡਾ ਮਾਮਲਾ ਹੈ। ਉਹਨੂੰ ਟੋਟਲੀ ਜਿਹੜੀ ਇੰਟਰੈਕਸ਼ਨ ਹੋ ਰਹੀ ਹੈ ਉਹਨੂੰ ਵਾਚ ਕਰਨ ਦਾ ਤੇ ਉਹਦੇ ਚ ਆਪਣਾ ਰੋਲ ਨਿਭਾਉਣ ਦਾ, ਤੇ ਇਹ ਰੋਲ ਦੇ ਪਿੱਛੇ ਪਿੱਛੇ ਕਿਸ ਲੈਵਲ ਦੀ ਸਿਆਸਤ ਹੋ ਸਕਦੀ ਹੈ, ਕੀ ਹੋ ਸਕਦੀ ਹੈ, ਇਹਦੇ ਅੰਦਾਜ਼ੇ ਲੋਕ ਲਾਉਣਗੇ ਤੇ ਇਹਦੇ ਚੋਂ ਅੱਗੇ ਜਾ ਕੇ ਹੋਰ ਗੱਲਾਂ ਵੀ ਡਿਸਕਸ ਹੋਣਗੀਆਂ ਤੇ ਕਰਨਗੇ ਲੋਕ ਸ਼ਾਇਦ ਆਉਣ ਵਾਲੇ ਸਮੇਂ ਚ। ਜੀ ਮੈਂ ਸਰਦਾਰ ਜਗਤਾਰ ਸਿੰਘ ਜੀ ਤੁਹਾਡੇ ਕੋਲੋਂ, ਕਿਉਂਕਿ ਤੁਸੀਂ ਦੇਰ ਤੋਂ ਬੜੇ ਦਹਾਕਿਆਂ ਤੋਂ ਦੇਖ ਰਹੇ ਹੋ ਅਕਾਲੀ ਪੋਲਿਟਿਕਸ ਤੇ ਉਤਰਾ ਚੜਾ, ਤੇ ਸਾਰਿਆਂ ਦਾ ਸੰਦਰਭ ਜੇਕਰ ਅੱਜ ਦਾ ਮੈਂ ਰੱਖ ਕੇ ਦੇਖਾਂ, ਕਿਉਂਕਿ ਸਰਦਾਰ ਬਰਜਿੰਦਰ ਸਿੰਘ ਹਮਦਰਦ ਪੋਲੀਟੀਕਲ ਲੋਕ ਉਹਨਾਂ ਦੀਆਂ ਪੌੜੀਆਂ ਦਫ਼ਤਰ ਦੀਆਂ ਚੜ੍ਹਦੇ ਉਤਰਦੇ ਦੇਖੇ ਜਾਂਦੇ ਆ, ਕੋਈ ਮੁਸ਼ਕਲ ਨਹੀਂ, ਕੋਈ ਵੱਡੀ ਗੱਲ ਨਹੀਂ। ਪਰ ਜਦੋਂ ਹੁਣ ਤੁਸੀਂ ਇਸ ਦ੍ਰਿਸ਼ ਨੂੰ ਦੇਖ ਰਹੇ ਹੋ ਤੇ ਇਹਦੇ ਸੰਦਰਭ ਦੇਖ ਰਹੇ ਹੋ, ਇਤਿਹਾਸ ਵਿੱਚ ਉਤਰਾਅ ਚੜਾਅ ਦੇਖ ਰਹੇ ਹੋ, ਤਾਂ ਅੱਜ ਤੁਸੀਂ ਇਹ ਸਾਰੀ ਮੂਵ ਨੂੰ ਕਿਵੇਂ ਵੇਖ ਰਹੇ ਹੋ? ਮੈਂ ਪਹਿਲਾਂ ਤਾਂ ਥੋੜੀ ਜਿਹੀ ਪ੍ਰੋਫੈਸ਼ਨਲ ਗੱਲ ਕਰਦੇ ਆ ਵੀ ਸੀਕ੍ਰੇਟ ਕੀ ਹੁੰਦਾ। ਗੁਪਤ ਜਰਨਲਿਜ਼ਮ ਦਾ ਪ੍ਰਿੰਸੀਪਲ ਹੈ, ਜਿਹੜੀ ਮੀਟਿੰਗ ਹੁੰਦੀ ਹੈ ਦੋ ਬੰਦਿਆਂ ਦੇ ਵਿੱਚ, ਆਰਟ ਉਹਨੂੰ ਰਿਪੋਰਟ ਕਰਨ ਦਾ ਹੁੰਦਾ ਤੇ ਉਹਨੂੰ ਸੀਕ੍ਰੇਟ ਵੀ ਗੁਪਤ ਵੀ ਕਹਿ ਦਿੰਦੇ ਹਾਂ। ਜਦੋਂ ਤਿੰਨ ਬੰਦੇ ਹੋ ਜਾਂਦੇ ਅਸੀਂ ਉਹਨੂੰ ਕਹਿ ਦਿੰਦੇ ਵੀ ਕਲਾਊਡ ਹੈ, ਤਿੰਨ ਦੀ ਪਾਰਟੀਸਪੇਸ਼ਨ ਵਾਲੀ ਮੀਟਿੰਗ ਨੂੰ ਰਿਪੋਰਟ ਕਰਨਾ ਬਹੁਤ ਔਖਾ ਨਹੀਂ ਹੁੰਦਾ, ਦੋ ਵਾਲੀ ਹੁੰਦਾ, ਆਰਟ ਦੋ ਵਾਲੀ ਦਾ ਹੁੰਦਾ। ਉੱਥੇ ਅਸੀਂ ਗੁਪਤ ਕਦੀ ਵਾਰੀ ਵਰਤ ਲੈਂਦੇ ਹਾਂ, ਜਿੱਥੇ ਇੰਨੇ ਲੋਕ ਹੋਣ ਤੇ ਉਹਦੇ ਨਾਲ ਇੰਨੇ ਸਿਕਿਉਰਿਟੀ ਵਾਲੇ ਹੋਣ, ਉਹਦਾ ਜਦੋਂ ਉਹਨਾਂ ਦੀ ਮੂਵਮੈਂਟ ਹੁੰਦੀ ਹੈ ਨਾਲ ਦੀ ਨਾਲ ਹੀ ਸਾਰਾ ਕੁਝ ਤਾਂ ਸਰਕਾਰ ਦੇ ਕੋਲੇ ਆ ਜਾਂਦਾ, ਇੱਕ ਇੱਕ ਮੂਵ ਉਹਨਾਂ ਦੀ ਜਿਹੜੀ ਨਾਲ ਸਿਕਿਉਰਿਟੀ ਲਈ ਫਿਰਦੇ ਹੁੰਦੇ ਲੀਡਰ, ਉਹਦਾ ਇੱਕ ਪਰਪਸ ਤਾਂ ਇਹ ਵੀ ਹੈ ਨਾ ਵੀ ਸਰਕਾਰ ਨੂੰ ਹਮੇਸ਼ਾ ਇਨਫਾਰਮ ਰੱਖਣਾ ਵੀ ਲੀਡਰ ਦੀ ਮੂਵਮੈਂਟ ਕੀ ਹੈ, ਉਹਨਾਂ ਦੀ ਪ੍ਰੋਟੈਕਸ਼ਨ ਵੱਲੋਂ ਜ਼ਿਆਦਾ ਤਾਂ ਮੇਰਾ ਖਿਆਲ ਹੈ ਉਹਨਾਂ ਦੇ ਬਾਅਦ ਰੱਖਿਆ ਜਾਂਦਾ, ਹੁਣ ਮੈਂ ਅਸਲੀ ਗਲਤੀ ਹੋਣਾ ਉਹ ਜ਼ਿਆਦਾ ਜ਼ਰੂਰੀ ਹੈ। ਹੁਣ ਤੁਸੀਂ ਨਾਂ ਲਿਆ ਸਰਦਾਰ ਬਰਜਿੰਦਰ ਸਿੰਘ ਹਮਦਰਦ ਦਾ, ਬਈ ਸਡਨਲੀ ਇਹ ਪਾਣਾ ਕੀ ਵਾਪਰਿਆ? ਕਿਉਂਕਿ ਪਿੱਛੇ ਜਦੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਉਹਨਾਂ ਦੇ ਖਿਲਾਫ ਜੰਗੇ ਆਜ਼ਾਦੀ ਦੇ ਮਾਮਲੇ ਨੂੰ ਲੈ ਕੇ ਕਾਰਵਾਈ ਸ਼ੁਰੂ ਕੀਤੀ ਸੀਗੀ, ਤੇ ਉਹਦੇ ਵਿੱਚ ਡਟ ਕੇ ਸਭ ਤੋਂ ਅੱਗੇ ਜਿਹੜੇ ਲੋਕ ਖੜੇ ਸੀਗੇ ਉਹਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸੀ। ਬਈ ਇਹ ਇਕਦਮ ਕਿਉਂ ਉਹਨਾਂ ਨੇ ਆਪਣਾ ਸਟੈਂਡ ਚੇਂਜ ਕਰ ਲਿਆ? ਗੱਲ ਇਹ ਹੈ ਲਗਾਤਾਰ ਕਿ ਇਹਦੇ ਪਿੱਛੇ ਡਿਜ਼ਾਇਨ ਕੀ ਹੈ ਸਾਰੀ ਗੱਲ ਦੇ ਆ, ਕਿ ਕਿਹੜੀਆਂ ਕਿਹੜੀਆਂ ਫੋਰਸਿਸ ਐਕਟਿਵ ਹੈਗੀਆਂ, ਕਿ ਸਰਦਾਰ ਬਰਜਿੰਦਰ ਸਿੰਘ ਨੇ ਆਪਣੇ ਆਪ ਹੀ ਸਾਰਾ ਕੁਛ ਕੀਤਾ। ਇੱਕ ਗੱਲ ਬੜੀ ਕਲੀਅਰ ਹੈ, 2022 ਦੀ ਇਲੈਕਸ਼ਨ ਤੋਂ ਬਾਅਦ ਬਰਜਿੰਦਰ ਹੋਰਾਂ ਦੇ ਆਪਣੇ ਟੋਰੀਅਲ ਸ਼ਾਇਦ ਇੱਕ ਦੋ ਮੇਰੇ ਕੋਲ ਕੱਟ ਕੇ ਰੱਖੇ ਹੋਏ ਹੋਣਗੇ, ਬੜੇ ਸਖ਼ਤ ਔਰ ਬੜੇ ਕਲੀਅਰ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ, ਔਰ ਜਦ ਤੱਕ ਅਸਤੀਫਾ ਨਹੀਂ ਦਿੰਦਾ ਉਦੋਂ ਤੱਕ ਇਹ ਅਕਾਲੀ ਦਲ ਰਿਵਾਈਵ ਨਹੀਂ ਹੁੰਦਾ, ਔਰ ਪੰਜਾਬ ਤੇ ਪੰਥ ਦੇ ਭਲੇ ਵਾਸਤੇ ਅਕਾਲੀ ਦਲ ਦਾ ਰਿਵਾਈਵ ਹੋਣਾ ਬਹੁਤ ਜ਼ਰੂਰੀ ਹੈ। ਇਹ ਸਟੈਂਡ ਬੜਾ ਕੰਸਿਸਟੈਂਟ ਰਿਹਾ ਬਰਜਿੰਦਰ ਹੋਰਾਂ ਦਾ, ਜਦੋਂ ਐਡੀਟੋਰੀਅਲ ਲਿਖਿਆ ਹੋਵੇ ਤਾਂ ਫਿਰ ਤਾਂ ਗੱਲ ਹੀ ਖਤਮ ਹੋ ਜਾਂਦੀ ਹੈ, ਫਿਰ ਤਾਂ ਹੋਰ ਕੁਛ ਕਹਿਣ ਦੀ ਲੋੜ ਹੀ ਨਹੀਂ ਹੁੰਦੀ। ਸੋ ਜਦੋਂ ਉਹ ਸਟੈਂਡ ਲੈ ਕੇ ਚੱਲੇ ਤੇ ਉਹਨਾਂ ਦੇ ਆਸ ਪਾਸ ਵੀ ਜਿਹੜੇ ਲੋਕ ਸੀਗੇ ਉਹ ਵੀ ਇਹੀ ਗੱਲ ਕਰਦੇ ਹੁੰਦੇ ਸੀ ਵੀ ਇਹ ਸਟੈਂਡ ਇਹ ਹੈ, ਨਾਲੇ ਜਦੋਂ ਐਡੀਟੋਰੀਅਲ ਲਿਖਿਆ ਗਿਆ ਫਿਰ ਤਾਂ ਗੱਲ ਹੀ ਖਤਮ ਹੋ ਗਈ। ਮੈਂ ਰਿਪੀਟ ਕਰ ਗਿਆ ਐਵੇਂ, ਤੇ ਹੁਣ ਕੀ ਹੋਇਆ? ਤੇ ਉਹਨਾਂ ਨੂੰ ਲੱਗਿਆ ਹੋਣਾ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਕਿ ਜਿਵੇਂ
ਅਕਾਲੀ ਦਲ ਦੀ ਹਾਲਤ ਇੰਨੀ ਮਾੜੀ ਹੋਈ ਹੈ ਔਰ ਬੀਜੇਪੀ ਤੋਂ ਵੀ ਪਾਰਟੀ ਥੱਲੇ ਚਲੀ ਗਈ। ਬਠਿੰਡਾ ਸੀਟ ਜਿੱਤ ਲੈਣੀ, ਰਿਟੇਨ ਕਰ ਲੈਣੀ ਬਾਦਲ ਪਰਿਵਾਰ ਵੱਲੋਂ, ਉਹ ਕੋਈ ਬਹੁਤੀ ਅਚੀਵਮੈਂਟ ਉਸ ਕੰਟੈਕਸਟ ਦੇ ਵਿੱਚ ਨਹੀਂ ਹੈ ਜਦੋਂ ਪਾਰਟੀ ਸਾਰੀ ਹੀ ਮਾਰਜਨਲਾਈਜ਼ ਹੋ ਗਈ ਹੋਵੇ, ਪੰਜਾਬ ਦੇ ਸਿਆਸਤ ਦੇ ਹਾਸ਼ੀਏ 'ਤੇ ਚਲੀ ਗਈ ਹੋਵੇ। ਸੋ ਚਿੰਤਾ ਵਾਲੀ ਗੱਲ ਪਾਰਟੀ ਨੂੰ ਰਿਵਾਈਵ ਕਰਦੀ ਹੈ ਅਤੇ ਉਸ ਕੰਟੈਕਸਟ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਇਹ ਮੀਟਿੰਗ ਹੋਈ ਹੈ, ਕਿਉਂਕਿ ਇਹ ਗੱਲ ਕਹੀ ਜਾ ਰਹੀ ਹੈ ਵੀ ਸੁਖਬੀਰ ਜੀ ਦੇ ਬਿਹੇਵੀਅਰ ਦੇ ਵਿੱਚ ਕੋਈ ਚੇਂਜ ਨਹੀਂ ਹੈ। ਉਹ ਉਹਨਾਂ ਨੂੰ ਲੱਗਦਾ ਹੀ ਨਹੀਂ ਕੋਈ ਫਰਕ ਪਿਆ, ਉਹ ਤਾਂ ਕਹਿੰਦੇ ਵੀ ਠੀਕ, ਅਸੀਂ ਜਿਹੜੀ ਪਾਰਟੀ ਦੇ ਵਿੱਚੋਂ ਗੱਲ ਆ ਰਹੀ ਹੈ, ਮੈਂ ਤਾਂ ਕਦੇ ਮਿਲਿਆ ਨਹੀਂ ਬੜੀ ਮੁੱਦਤ ਤੋਂ, ਲੇਕਿਨ ਜਿਹੜੀ ਪਾਰਟੀ 'ਚੋਂ ਗੱਲ ਆ ਰਹੀ ਉਹ ਕਹਿੰਦੇ ਵੀ ਉਹਨਾਂ ਦੇ ਬਿਹੇਵੀਅਰ 'ਚ ਕੋਈ ਚੇਂਜ ਨਹੀਂ, ਕੋਈ ਸਾਈਨ ਨਹੀਂ ਆ ਰਿਹਾ ਵੀ ਪਾਰਟੀ ਨੂੰ ਅੱਗੇ ਇਸ ਤਰ੍ਹਾਂ ਹੀ ਚਲਾਉਣਾ, ਕਿਵੇਂ ਚਲਾਉਣਾ। ਸੋ ਉਸ ਕੰਟੈਕਸਟ ਦੇ ਵਿੱਚ ਤੇ ਜਿਹੜੀ ਬਰਜਿੰਦਰ ਹੋਰਾਂ ਦੀ ਆਪਣੀ ਬੈਕਗਰਾਉਂਡ ਹੈ ਉਹਦੇ ਵਿੱਚ, ਜਦੋਂ ਇਹ ਆਪਣਾ ਜੰਗ ਆਜ਼ਾਦੀ ਵਾਲੀ ਕੰਟਰੋਵਰਸੀ ਚੱਲੀ ਸੀਗੀ ਅਤੇ ਇੱਕ ਫੋਟੋ ਅਪੀਅਰ ਹੋਈ ਸੀ ਪਬਲਿਕਲੀ ਬਰਜਿੰਦਰ ਹੋਰਾਂ ਦੀ ਨਰਿੰਦਰ ਮੋਦੀ ਦੇ ਨਾਲ ਵਰਚੁਅਲੀ, ਮਤਲਬ ਅਲਟੀਮੇਟ ਜਿਹੜੀ ਪ੍ਰੋਟੈਕਸ਼ਨ ਅਕਾਲੀ ਦਲ ਦੇ ਨਾਲ ਤਾਂ ਮੋਦੀ ਸਰਕਾਰ ਦੀ ਹੈ ਨਹੀਂ, ਸੋ ਬਰਜਿੰਦਰ ਜੀ ਦੀ ਹੈਗੀ ਆ ਉੱਪਰ। ਔਰ ਬਰਜਿੰਦਰ ਹੋਰਾਂ ਨੇ ਹਮੇਸ਼ਾ ਹੀ ਖੁੱਲ੍ਹ ਕੇ ਪੰਜਾਬ ਦੀ ਸਿਆਸਤ ਵਿੱਚ ਆਪਣਾ ਰੋਲ ਪਲੇ ਕੀਤਾ ਅਤੇ ਭਾਵੇਂ ਉਹ ਬਾਦਲ ਸਾਹਿਬ ਨੂੰ ਸਪੋਰਟ ਕਰਨਾ ਜਦੋਂ ਗੁਰਚਰ ਸਿੰਘ ਟੌੜਾ ਨਾਲ ਰਿਫਟ ਹੋਈ ਸੀਗੀ ਜਾਂ ਉਸ ਤੋਂ ਪਹਿਲਾਂ ਇੰਦਰ ਕੁਮਾਰ ਗੁਜਰਾਲ ਹੋਰਾਂ ਦੀ ਇਲੈਕਸ਼ਨ ਇਹਨਾਂ ਨੇ ਆਪ ਹੀ ਲੜੀ ਸੀਗੀ ਵਰਚੁਅਲੀ, ਜਿਹੜੀ ਤੁਸੀਂ ਜ਼ਿਕਰ ਕੀਤਾ ਨਾ ਵੀ ਉਹਨਾਂ ਨੇ ਕਿਹਾ ਮੈਂ ਆਪਣੇ ਕਵਰੇ 'ਚ ਬਿਠਾ ਕੇ ਬਾਦਲ ਸਾਹਿਬ ਨੂੰ ਬੁਲਾ ਲਿਆ, ਉਹਨਾਂ ਨੇ ਤਾਂ ਇਲੈਕਸ਼ਨ ਲੜੀ ਸੀ ਉਸ ਵੇਲੇ ਉਹਨਾਂ ਦੀ। ਸੋ ਐਕਟਿਵ ਰਹੇ ਹਮੇਸ਼ਾ ਹੀ ਅਕਾਲੀ ਸਿਆਸਤ ਦੇ ਵਿੱਚ ਵੀ ਅਤੇ ਬਾਕੀ ਦੇ ਵਿੱਚ ਵੀ। ਸੋ ਹੁਣ ਉਹ ਪਿੱਛੇ ਕੀ ਹੈ, ਕੁਸਚਨ ਮਾਰਕ ਇੱਥੇ ਆ ਕੇ ਹੈ, ਉਹ ਬੀਜੇਪੀ ਨਾਲ ਅਕਾਲੀ ਦਲ ਦੇ ਸੰਬੰਧ ਟੁੱਟ ਕੇ ਅਤੇ ਬਰਜਿੰਦਰ ਹੋਰਾਂ ਦੇ ਹੈਗੇ, ਮੈਂ ਇਹ 'ਚੋਂ ਕੋਈ ਮੋਟਿਵ ਨਹੀਂ ਲੱਭ ਰਿਹਾ ਅਤੇ ਨਾ ਮੈਂ ਕੋਈ ਇਸ਼ਾਰਾ ਕਰ ਰਿਹਾ, ਲੇਕਿਨ ਇੱਕ ਗੱਲ ਤਾਂ ਸਪੱਸ਼ਟ ਹੈਗੀ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਪੈਰ ਪਸਾਰਨਾ ਚਾਹੁੰਦੀ ਹੈ ਅਤੇ ਉਹਨਾਂ ਨੂੰ ਵੀ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਦੇ ਹੁੰਦਿਆਂ ਅਕਾਲੀ ਦਲ ਅੱਗੇ ਨਹੀਂ ਵੱਧ ਸਕਦਾ। ਬੀਜੇਪੀ ਦੀ ਵਿਸਾਖੀ ਪਹਿਲਾਂ ਅਕਾਲੀ ਦਲ ਸੀ, ਅਕਾਲੀ ਦਲ ਦੇ ਸਹਾਰੇ ਬੀਜੇਪੀ ਨੇ ਆਪਣਾ ਬੇਸ ਬਣਾਇਆ ਔਰ ਬੇਸ ਦੇ ਸਹਾਰੇ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਐਕਸਪੈਂਡ ਕੀਤਾ, ਉਹਨੇ ਕਈ ਫੈਕਟਰ ਐਕਸਪੈਂਡ ਕਰਦੇ ਅਤੇ ਆਪਾਂ ਇਸ ਵੇਲੇ ਉਹਦੇ 'ਚ ਨਹੀਂ ਜਾਂਦੇ, ਲੇਕਿਨ ਬਰਜਿੰਦਰ ਜੀ ਜਿਹੜੀ ਇਸ ਵੇਲੇ ਸਿਆਸਤ ਪਲੇ ਕਰ ਰਹੇ ਹੈ ਉਹ ਪੰਜਾਬ ਦੇ ਲਾਂਗ ਟਰਮ ਪਰਸਪੈਕਟਿਵ ਦੇ ਵਿੱਚ ਇੰਪੋਰਟੈਂਟ ਹੈ। ਇਸ ਵੇਲੇ ਇਸ਼ੂ ਇਹ ਨਹੀਂ ਹੈ ਕਿ ਨਵੀਂ ਪਾਰਟੀ ਨੇ ਬੀਜੇਪੀ ਨਾਲ ਜਾਣਾ ਕਿ ਨਹੀਂ ਜਾਣਾ, ਕਿਉਂਕਿ ਉਹ ਮਸਲਾ ਤਾਂ 27 ਦੀ ਇਲੈਕਸ਼ਨ ਦਾ ਹੈ, 27 ਦੀ ਇਲੈਕਸ਼ਨ ਤਾਂ ਬਹੁਤ ਦੂਰ ਹੈ, ਇਮੀਡੀਏਟ ਇਸ਼ੂ ਇਹ ਹੈ ਕਿ ਪਾਰਟੀ ਨੇ ਰਿਵਾਈਵ ਕਿਵੇਂ ਕਰਨਾ ਹੈ। ਸੋ ਇਹ ਏਜੰਡਾ ਉਹ ਹੈ ਅਤੇ ਬਰਜਿੰਦਰ ਹੋਰੀ ਕੀ ਰੋਲ ਪਲੇ ਕਰ ਰਹੇ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਲੀਅਰ ਹੋ ਜਾਏਗੀ ਜੀ। ਇੱਕ ਤਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨਾਲ ਬਰਜਿੰਦਰ ਸਿੰਘ ਹਮਦਰਦ ਦੇ ਸੰਬੰਧ ਬਹੁਤ ਪੁਰਾਣੇ ਨੇ ਅਤੇ ਬੜੇ ਨਿੱਘੇ ਨੇ, ਅਕਸਰ ਢੀਂਡਸਾ ਸਾਹਿਬ ਹਮਦਰਦ ਸਾਹਿਬ ਦੀ ਰਾਏ ਤੋਂ ਬਿਨਾਂ ਕੋਈ ਕਦਮ ਨਹੀਂ ਉਠਾਉਂਦੇ ਇਹ ਮੰਨਿਆ ਜਾਂਦਾ ਰਿਹਾ। ਪਿਛਲੀ ਉਹਨਾਂ ਜਿਹੜੇ ਡੈਮੋਕਰੇਟਿਕ ਅਕਾਲੀ ਦਲ ਬਣਾਇਆ ਸੀਗਾ, ਅਕਾਲੀ ਦਲ ਡੈਮੋਕਰੇਟਿਕ, ਇਹਦੇ ਨਾਮਕਰਨ ਤੋਂ ਲੈ ਕੇ ਬਾਕੀ ਚੀਜ਼ਾਂ ਢੀਂਡਸਾ ਸਾਹਿਬ ਨੇ ਆਪ ਮੇਰੇ ਨਾਲ ਇਹ ਗੱਲਾਂ ਦਾ ਜ਼ਿਕਰ ਕੀਤਾ ਸੀਗਾ, ਹਮਦਰਦ ਸਾਹਿਬ ਦੇ ਰੋਲ ਨੂੰ ਕੋਈ ਪਾਸੇ ਨਹੀਂ ਕੀਤਾ ਜਾ ਸਕਦਾ। ਦੂਜੇ ਬੰਨੇ ਬਾਦਲ ਪਰਿਵਾਰ ਦੇ ਨਜ਼ਰੀਏ ਤੋਂ ਬਿਕਰਮ ਸਿੰਘ ਮਜੀਠੀਆ ਦੇ ਸੰਬੰਧ ਬਹੁਤ ਹੀ ਬਿਹਤਰ ਹਮਦਰਦ ਸਾਹਿਬ ਨਾਲ ਰਹੇ ਨੇ, ਔਰ ਜੇ ਇਹਦੀ ਪੁਖਤਾ ਮਿਸਾਲ ਦੇਖਣੀ ਹੋਵੇ ਤਾਂ ਸਰਦਾਰ ਬਰਜਿੰਦਰ ਸਿੰਘ ਹਮਦਰਦ ਪਟਿਆਲੇ ਦੀ ਉਸ ਜੇਲ੍ਹ ਦੇ ਵਿੱਚ ਵੀ ਗਏ ਮਿਲਣ ਲਈ ਬਿਕਰਮ ਮਜੀਠੀਆ ਨੂੰ ਜਦੋਂ ਜੇਲ੍ਹ 'ਚ ਬੰਦ ਸੀਗੇ। ਸੋ ਜਿਹੜੀ ਇਹ ਹੁਣ
ਕੌਣ ਬਣ ਰਿਹਾ, ਇੱਕ ਪਾਸੇ ਉਹ ਪਰਿਵਾਰ ਹੈ ਜਿਹਦੇ ਨਾਲ ਦਹਾਕਿਆਂ ਦੇ ਰਿਸ਼ਤੇ ਆ, ਇੱਕ ਪਾਸੇ ਜਿਹੜੇ ਲੋਕ ਇਕੱਠੇ ਹੋ ਰਹੇ ਨੇ ਇਹ ਅਕਾਲੀ ਦਲ ਨੂੰ ਬਚਾਉਣ ਲਈ, ਅਕਾਲੀ ਦਲ ਬਚਾਓ ਮੋਰਚਾ ਬਣਾਉਣ ਜਾ ਰਹੇ ਨੇ, ਤੇ ਇਹਦੇ ਵਿੱਚ ਹਮਦਰਦ ਸਾਹਿਬ ਬੈਠੇ ਨੇ, ਇੱਕ ਪਾਸੇ ਪੁਰਾਣਾ ਰਿਸ਼ਤਾ ਵਾ, ਇਹਨੂੰ ਮੈਂ ਤੁਹਾਡੇ ਤੋਂ ਸਮਝਾਂ। ਤੇ ਤੇ ਸਵਾਲ ਅਕਾਲੀ ਦਲ ਦੇ ਰਿਵਾਈਵਲ ਦਾ ਸਭ ਤੋਂ ਜ਼ਿਆਦਾ ਤਾਂ ਇਹ ਤਾਂ ਇਕੱਠੇ ਤਾਂ ਹੀ ਨੇ ਨਾ, ਇੱਕ ਪੁਆਇੰਟ ਤੇ ਨੇ, ਜਿਹੜੇ ਵਰਕਰ ਵੀ ਕਹਿ ਰਹੇ ਨੇ, ਹੇਠੋਂ ਕੇਡਰ ਕਹਿ ਰਿਹਾ ਕਿ ਅਕਾਲੀ ਦਲ ਦਾ ਰਿਵਾਈਵਲ। ਪਰ ਅਕਾਲੀ ਦਲ ਦੇ ਰਿਵਾਈਵਲ ਦੇ ਵਿੱਚ ਕੁਝ ਸਟ੍ਰੈਟਜੀਕਲ ਇਸ਼ੂ ਨੇ, ਕੁਝ ਰਣਨੀਤਿਕ ਇਸ਼ੂ ਨੇ। ਪਹਿਲਾਂ ਇਹ ਨਿਸ਼ਾਨਦੇਹੀ ਕਰਨੀ ਪਊ ਨਾ ਅਕਾਲੀ ਦਲ ਦਾ ਅਕਾਲੀ ਦਲ ਇੱਥੇ ਤੱਕ ਪਹੁੰਚਿਆ ਕਿਉਂ, ਉਹ ਕਿਹੜੀਆਂ ਚੀਜ਼ਾਂ ਨੇ, ਕਿਹੜੇ ਕਮਜ਼ੋਰੀਆਂ ਨੇ, ਕਿਹੜੇ ਨੁਕਸ ਨੇ, ਫਿਰ ਉਸ ਤੋਂ ਬਾਅਦ ਹੀ ਰਿਵਾਈਵਲ ਹੋਏਗਾ, ਉਹ ਨੁਕਸ ਦੂਰ ਕਰਕੇ ਤੇ ਬਾਕੀ ਅੱਗੇ ਚੱਲਿਆ ਜਾਏਗਾ। ਹੁਣ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਜੇ ਖੁੱਲ੍ਹ ਕੇ ਜਦੋਂ ਡਿਸਕਸ਼ਨਾਂ ਹੋਣਗੀਆਂ ਜਾਂ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਲਾਲ ਮੇਰੀ ਹੋਰ ਵੀ ਰਹੀਆਂ ਨੇ। ਇੱਕ ਇਹ ਸਭ ਤੋਂ ਬੜਾ ਕੁਐਸਚਨ ਹੈ ਕਿ 96 ਤੋਂ ਲੈ ਕੇ ਜਦੋਂ ਅਨਕੰਡੀਸ਼ਨਲ ਸਪੋਰਟ ਅਕਾਲੀ ਦਲ ਦਿੰਦਾ ਤਾਂ ਜਿਹੜੇ ਪੰਥਕ ਇਸ਼ੂ ਨੇ ਤੇ ਈਵਨ ਪੰਜਾਬ ਦੇ ਵੀ ਇਸ਼ੂ ਨੇ ਉਹ ਸਾਈਡਲਾਈਨ ਹੋ ਜਾਂਦੇ ਨੇ ਪੋਲੀਟੀਕਲ ਮੇਨ ਦ੍ਰਿਸ਼ ਤੋਂ ਉਸ ਰੂਪ ਦੇ ਵਿੱਚ। ਰਾਜ ਕਰਨਾ ਇਕੱਲਾ ਜਾਂ ਸੜਕਾਂ ਬਣਾਉਣੀਆਂ, ਪੁਲ ਬਣਾਉਣੇ, ਬਾਕੀ ਚੀਜ਼ਾਂ ਕਰਨੀਆਂ, ਇਹ ਪੰਜਾਬ ਦੀ ਗੱਲ ਨਹੀਂ ਹੈ ਮੇਨਲੀ। ਪੰਜਾਬ ਦੀ ਜੋ ਮਤਲਬ ਰੂਹ ਨਾਲ ਜੁੜੇ, ਉਹਦੇ ਸਰੋਕਾਰਾਂ ਨਾਲ ਜੁੜੇ ਜਿੰਨੇ ਵੀ ਵੱਡੇ ਮੁੱਦੇ, ਕੁਛ ਪੁਰਾਣੇ ਚੱਲਦੇ ਆਉਂਦੇ ਨੇ, ਕੁਝ ਨਵੇਂ ਜਿਹੜੇ ਖੜੇ ਹੁੰਦੇ ਰਹੇ ਉਹਨਾਂ ਨੂੰ ਐਡਰੈਸ ਕਰਨ ਦਾ ਮਾਮਲਾ ਸੀਗਾ ਸਾਰੇ ਪੁਰਾਣਿਆਂ ਦੇ ਵਿੱਚੋਂ। ਚੰਡੀਗੜ੍ਹ ਦੇ ਸਵਾਲ, ਪੰਜਾਬੀ ਬੋਲਦੇ ਇਲਾਕਿਆਂ ਦੇ ਸਵਾਲ, ਪਾਣੀ ਦੇ ਡਿਵੀਜ਼ਨ ਦੇ ਸਾਰੇ ਪੁਰਾਣੇ ਚੱਲਦੇ ਆ ਰਹੇ ਨੇ। ਪਰ ਪੰਜਾਬ ਦੀ ਚਾਹੇ ਕ੍ਰੋਪ ਡਾਇਵਰਸੀਫਿਕੇਸ਼ਨ ਤੋਂ ਹੋਵੇ, ਪਾਣੀ ਦੇ ਖਤਮ ਹੋਣ ਤੋਂ ਹੋਵੇ, ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਤੋਂ ਬਾਅਦ ਦੇ ਮਾਮਲੇ ਹੋਣ, ਜਾਂ ਉਦੋਂ ਪੁਰਾਣੇ ਜਿਹੜੇ ਮਤਲਬ ਕਤਲੇਆਮ ਪੰਜਾਬ 'ਚ ਹੋਵੇ ਉਹਦੀ ਜਾਂਚ ਦੇ ਸਵਾਲ ਹੋਣ, ਡਿਫਰੈਂਟ ਟਾਈਪ ਦੇ ਜਦੋਂ ਬਿਲਕੁਲ ਅਲੱਗ ਟਾਈਪ ਦੇ ਬੰਦੇ ਵੀ ਆਉਂਦੇ ਰਹੇ ਮੇਨ ਸਟ੍ਰੀਮ ਦੇ ਵਿੱਚ, ਅਹੁਦੇ ਮਾਣਦੇ ਰਹੇ, ਤਾਂ ਉਹ ਚੀਜ਼ਾਂ ਨੇ ਵੀ ਲੋਕਾਂ ਨੂੰ ਦੂਰ ਕੀਤਾ ਅਕਾਲੀ ਦਲ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਫਿਰ ਪਾਰਟੀ ਦੇ ਸਟਰਕਚਰਾਂ ਦੀ ਸਵਾਲ ਸੀਗਾ, ਪਾਰਟੀ ਦੇ ਸਟਰਕਚਰ ਦੇ ਸਵਾਲ ਦੇ ਵਿੱਚ ਇਹ ਕਿ ਇਹੋ ਜਿਹੀ ਪੀਸੀ ਨੂੰ ਕਿਵੇਂ ਟ੍ਰੀਟ ਕਰੋਗੇ, ਉਹਨਾਂ ਦਾ ਰੁਤਬਾ ਕੀ ਹੋਏਗਾ, ਜਥੇਦਾਰ ਅਕਾਲ ਤਖ਼ਤ ਨੂੰ ਕਿਵੇਂ ਟ੍ਰੀਟ ਕਰੋਗੇ, ਉਹਦਾ ਰੁਤਬਾ ਕਿਵੇਂ ਹੋਏਗਾ, ਪਾਰਟੀ ਪ੍ਰਧਾਨ ਸਾਰਾ ਕੁਝ ਤੇ ਕਾਬਜ ਹੋਏਗਾ ਜਾਂ ਇੰਟਰਨਲ ਡੈਮੋਕ੍ਰੇਸੀ ਕਿਸ ਢੰਗ ਦੀ ਹੋਏਗੀ, ਉਹ ਸਾਰੀਆਂ ਚੀਜ਼ਾਂ ਪਰਹੇਜ਼ ਹੀ ਬਹੁਤ ਚੀਜ਼ਾਂ ਠੀਕ ਕਰ ਦਿੰਦਾ ਬਾਕੀ ਦੀਆਂ ਗੱਲਾਂ ਨਾਲੋਂ। ਅਗਲਾ ਕਹਿੰਦਾ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਸਾਰੀਆਂ ਮਾਮਲਿਆਂ ਦੇ ਵਿੱਚ। ਹੁਣ ਜਾਂ ਉਹ ਥਰੈਡਬੇਅਰ ਆਪਣੇ ਇਜਲਾਸਾਂ ਚ ਆਪਣੀਆਂ ਮੀਟਿੰਗਾਂ ਚ ਡਿਸਕਸ ਕਰਕੇ ਅਕਾਲੀ ਦਲ ਇਸ ਲੈਵਲ ਤੇ ਕਰਦਾ। ਇੱਕ ਗੱਲ ਤਾਂ ਇਹ ਹੈ ਕਿ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਵੀ ਇਹਦਾ ਮਤਲਬ ਕੋਈ ਬਹੁਤ ਜ਼ਿਆਦਾ ਸੁੱਝ ਨਹੀਂ ਰਿਹਾ। ਜੇ ਸੁੱਝਦਾ ਹੁੰਦਾ ਤਾਂ ਬਾਹਰੋਂ ਬਹੁਤ ਸਾਰੀਆਂ ਜ਼ਿਆਦਾ, ਜਿਹੜਾ ਇੱਕ ਅਕਾਲੀ ਦਲ ਦਾ ਆਪਣਾ ਇੰਟਲੈਕਚੁਅਲ ਬੇਸ ਸੀਗਾ, ਅਕਾਲੀ ਦਲ ਦੇ ਆਪਣੇ ਇੰਟਲੈਕਚੁਅਲ ਲੋਕ ਸੀ ਜਿਹੜੇ ਅਕਾਲੀ ਦਲ ਨੂੰ ਹਮਾਇਤ ਕਰਦੇ ਸੀ ਕਿਸੇ ਨਾ ਕਿਸੇ ਰੂਪ 'ਚ, ਉਹ ਵੱਖ ਵੱਖ ਟਾਈਪ ਦੇ ਲੋਕ ਹੋਣਗੇ ਜਿਹਨਾਂ ਨਾਲ ਰਾਏ ਮਸ਼ਵਰਾ ਉਦੋਂ ਵੀ ਕਰਦੇ ਹੋਣਗੇ ਲੋਕ। ਇਹਦਾ ਮਤਲਬ ਉਹ ਸਾਈਡ ਵੀ ਮਿਸਿੰਗ ਹੋ ਗਈ ਲਗਾਤਾਰ ਚੱਲਦੇ ਚੱਲਦੇ, ਹੈ ਨਹੀਂ ਤਾਂ ਫਿਰ ਤੁਸੀਂ ਬੰਦੇ ਲੱਭਦੇ ਹੋ, ਬੰਦਾ ਕੌਣ ਹੋਵੇ ਕੌਣ ਨਹੀਂ, ਉਹ ਇਹੋ ਜਿਹੇ ਲੱਭਦੇ ਹੋ ਜਿਹੜੇ ਅਕਾਲੀ ਦਲ ਨਾਲ ਨਹੀਂ ਵੀ ਹੁੰਦੇ ਬੜੀ ਵਾਰ ਹਿਸਟੋਰੀਕਲੀ, ਪਰ ਉਹ ਸਾਰੇ ਬੰਦਿਆਂ ਨੂੰ ਤੁਸੀਂ ਕਹਿੰਦੇ ਹੋ ਚੱਲ ਇਹਨਾਂ ਨੂੰ ਵੀ ਰਾਏ, ਇਹਦੀ ਵੀ ਰਾਏ, ਇਹਦੀ ਵੀ ਰਾਏ, ਉਹ ਇੱਕ ਹੋਰ ਤਰ੍ਹਾਂ ਦੀ ਗੱਲ। ਤੇ ਬਰਜਿੰਦਰ ਸਿੰਘ ਹੋਣੀ ਪੋਲੀਟੀਕਲੀ ਇੱਕ ਆਪਣੇ ਢੰਗ ਨਾਲ, ਉਹਨਾਂ ਦਾ ਆਪਣਾ ਬਿਜ਼ਨਸ ਵੀ ਹੈ, ਆਪਣੀ ਪ੍ਰੈਸ ਵੀ ਹੈ, ਆਪਣਾ ਸੈਟਅਪ ਹੈ, ਸਾਰਿਆਂ ਨੂੰ ਦੇਖਦੇ ਹੋਏ ਉਹ ਪੰਜਾਬੀਅਤ ਦੀ ਵੀ ਗੱਲ ਕਰਦੇ ਨੇ ਕਿ ਹਾਂਜੀ ਪੰਜਾਬੀਅਤ ਦੇ ਨਾਲ ਆਪਾਂ ਹੈਗੇ ਹਾਂ, ਤੇ ਉਸੇ ਢੰਗ ਨਾਲ ਉਹ ਆਪੋ ਆਪਣਾ ਕੰਮ ਹੁੰਦਾ ਜਿਸ ਵੀ ਲੈਵਲ ਦੇ ਉੱਤੇ ਤੁਸੀਂ ਚੱਲਦੇ ਹੋ। ਹੁਣ ਅਕਾਲੀ ਦਲ ਨੇ ਆਪਣੀ ਅਪਰੋਚ ਦੇ ਨਾਲ ਬੈਕਗਰਾਉਂਡ ਦੇ ਨਾਲ ਜੁੜ ਕੇ ਭਵਿੱਖ ਦਾ ਕੋਈ ਨਕਸ਼ਾ ਤੈਅ ਕਰਨਾ, ਉਹਦੀ ਜਿਹੜੀ ਰੂਪਰੇਖਾ ਕੀ ਹੋਏਗੀ, ਇਹ ਗੱਲਾਂ ਅਲੱਗ ਹੁੰਦੀਆਂ ਨੇ ਕਿ ਬਾਹਰਲੇ ਬੰਦਿਆਂ ਨਾਲ ਰਾਏ ਕਰਨ ਤੋਂ ਬਾਅਦ ਤੁਸੀਂ ਆਪਣੀ ਗੱਲ ਕਰਦੇ ਹੁੰਦੇ ਹੋ।
ਤੇ ਇਹ ਨਹੀਂ ਹੁੰਦਾ ਕਿ ਸਾਰੀ ਜਿਹੜੀ ਤੁਹਾਡੀ ਮੇਨ, ਜਿਵੇਂ ਹੁਣ ਕੋਰ ਕਮੇਟੀਆਂ ਨੇ ਵੱਖ ਵੱਖ ਮਾਮਲੇ ਨੇ, ਜੇ ਉਹਦੇ ਚ ਹੀ ਬਾਕੀ ਬੰਦੇ ਬਾਹਰ ਹੀ ਬੈਠਣਗੇ ਸਾਰੇ, ਤਾਂ ਤੁਹਾਡੀ ਇੱਕ ਸੈਂਟਿਟੀ ਨਹੀਂ ਰਹਿੰਦੀ ਉਸ ਸਾਰੀਆਂ ਸਿਸਟਮ ਦੇ ਵਿੱਚ ਕਿ ਤੁਸੀਂ ਕੀ ਕਰ ਰਹੇ ਹੋ ਪਾਰਟੀ ਦਾ ਸਟੰਗ। ਜਿੰਨਾ ਮਰਜ਼ੀ ਕਲੋਜ ਇੰਟਲੈਕਚੁਅਲ ਹੋਣ, ਜਿੰਨਾ ਮਰਜ਼ੀ ਹੋਣ ਜਥੇਬੰਦਕ ਢਾਂਚੇ 'ਚ, ਫਿਰ ਵੀ ਉਹਦੀ ਇੱਕ ਮਰਿਆਦਾ, ਉਹਦਾ ਇੱਕ ਸਿਸਟਮ ਹੁੰਦਾ ਕਿ ਤੁਸੀਂ ਉਹਦੇ 'ਚ ਫਿਰ ਵੀ ਕੀ ਖੁੱਲ੍ਹ ਖੇਡ ਸਕਦੇ ਹੋ ਆਪਣੇ ਅੰਦਰ, ਉਹ ਗੱਲਾਂ ਨੂੰ ਵੀ ਧਿਆਨ 'ਚ ਰੱਖਣਾ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ ਉਹਦੇ 'ਤੇ। ਉਸ ਗੱਲ 'ਤੇ ਤਾਂ RSS 'ਤੇ BJP 'ਚ ਰੌਲਾ ਪਿਆ ਫਿਰਦਾ ਹੈ ਸਾਰੇ ਮਾਮਲੇ ਦੇ ਵਿੱਚ ਵੀ, ਤੁਸੀਂ ਕੀ ਮਾਮਲੇ, ਹਾਲਾਂਕਿ ਉਹਨਾਂ ਦੇ ਤਾਂ ਕੋਈ ਰੌਲਾ ਨਹੀਂ ਸੀ, ਨਾਲ ਆਰਗਨਾਈਜਿੰਗ ਸੈਕਟਰੀ ਬਿਠਾ ਦਿੰਦੇ ਸੀ ਅੰਦਰ ਜਾ ਕੇ ਜਿਹੜਾ ਸਾਰਾ ਮਾਮਲਾ ਹੋ ਰਿਹਾ ਸੀ। ਹੁਣ ਅਕਾਲੀ ਦਲ ਦਾ ਕੇਡਰ ਵਰਕਰ ਇਹ ਸਾਰੇ ਚਾਹੁੰਦੇ ਨੇ ਕਿ ਰਿਵਾਈਵ ਹੋਵੇ, ਖੜਾ ਹੋ, ਔਰ ਜਿਹੜੀਆਂ ਤਾਰਾਂ ਵੱਖ ਵੱਖ ਥਾਵਾਂ 'ਤੇ ਜੁੜੀਆਂ ਹੁੰਦੀਆਂ ਨੇ ਨਰੋਲ ਕਮਿਟਮੈਂਟ ਦੀ, ਜਿੱਦਾਂ ਕਿ ਤੁਸੀਂ ਫਲਾਨੇ ਨਾਲ ਵੀ ਤੁਹਾਡੀ ਠੀਕ ਦੋਸਤੀ ਆ, ਫਲਾਨੇ ਨਾਲ ਵੀ ਠੀਕ ਦੋਸਤੀ ਆ, ਫਲਾਨੇ ਨਾਲ ਵੀ ਠੀਕ ਦੋਸਤੀ ਆ, ਜਦੋਂ ਇੰਨੇ ਟਰਮਜ ਤੇ ਦੋਸਤੀਆਂ ਹੁੰਦੀਆਂ ਨੇ ਤੇ ਉਹ ਦੋਸਤੀਆਂ ਵੀ ਅਲੱਗ ਅਲੱਗ ਰਾਹਾਂ ਦੀਆਂ ਵੀ ਹੁੰਦੀਆਂ ਨੇ, ਤਾਂ ਉਹ ਉਲਝਣ ਜ਼ਰੂਰ ਪੈਦਾ ਕਰਦੀਆਂ ਨੇ ਉਹਦੇ 'ਚੋਂ ਕਿਹੜੀ ਚੀਜ਼ ਕਿਹੜੀ ਗੱਲ ਲੱਭੀ ਜਾਏ, ਕਿਹੜੀ ਗੱਲ ਵਾਜਬ ਹੋਏਗੀ, ਕਿਹੜੀ ਗੱਲ ਠੀਕ ਹੋਏਗੀ। ਇਹ ਵੀ ਹੈ ਕਿਉਂਕਿ ਇਹਨਾਂ ਦੀ ਜਿਹੜੀ ਇਹ ਮੀਟਿੰਗ ਹੈ ਇਹ 'ਚ ਬੇਹੱਦ ਡਿਸਕਸ ਦਾ ਵੱਡਾ ਮੁੱਦਾ ਰਿਹਾ ਕਿ BJP ਨਾਲ ਦਾ ਵਰਕਾ ਪਾੜਨਾ ਜਾਂ ਨਹੀਂ ਪਾੜਨਾ, ਪਹਿਲਾਂ ਇਹ ਡਿਸਾਈਡ ਕਰੋ। ਔਰ ਜਿਹਦੇ 'ਚ ਇਹ ਕਿਹਾ ਸਾਰਿਆਂ ਨੇ ਬੈਠ ਕੇ, ਜਿਹਦੇ 'ਚ ਸਰਦਾਰ ਬਰਜਿੰਦਰ ਸਿੰਘ ਹੋਣੀ ਵੀ ਬੈਠੇ, BJP ਦਾ ਵਰਕਾ ਪਾੜ ਦਿਓ, ਪਾੜ ਕੇ ਚੱਲੋ, ਉਦੋਂ ਬਿਨਾਂ ਨਹੀਂ ਰਿਵਾਈਵਲ ਹੋਣ। ਇਟ ਮੀਨਸ ਜੇ ਹੁਣੇ ਕਹਿ ਕੇ ਇਹ ਚੱਲ ਪਏ 27 'ਚ ਜਾ ਕੇ ਫਿਰ ਕੰਪਰੋਮਾਈਜ਼ ਕਰ ਲਿਆ, ਉਹ ਤਾਂ ਫਿਰ ਲੋਕਾਂ ਨਾਲ ਐਂ ਲੱਗੂਗਾ ਇੱਕ ਵਾਰ ਜਾ ਕੇ ਇਹ ਤਾਂ ਕੰਮ ਗੜਬੜ ਹੋ ਗਿਆ ਫਿਰ। ਜੇ ਹੁਣੇ ਤੋਂ ਤੁਸੀਂ ਚੱਲੋ ਵੀ 27 'ਚ ਜੋ ਮਰਜ਼ੀ ਕਰਾਂਗੇ ਦੇਖੀ ਜਾਓ, ਹੁਣ ਅਸੀਂ ਆਹ ਕਰ ਰਹੇ ਹਾਂ, ਕੀ ਕਰਨਗੇ ਮਤਲਬ ਉਹ ਸਾਰੇ ਮਾਮਲੇ। ਇਸ ਲਈ ਹੁਣ ਐਡਾ ਸੌਖਾ ਨਹੀਂ ਆ ਕਿ ਸਾਲ ਬਾਅਦ ਬਦਲ ਜਾਓਗੇ, 2 ਸਾਲ ਬਾਅਦ ਆਹ ਕਰ ਲਓਗੇ। ਇਹ ਉਹੋ ਜਿਹੀ ਹਾਲ ਹੋਊ ਕਿ ਲੋਕਾਂ ਦੀ ਉਮੀਦ ਇੱਕ ਧਾਰਾ 'ਤੇ ਜਗਾ ਕੇ ਉਦੋਂ ਬਾਅਦ ਤੁਸੀਂ ਫਟਾਫਟ ਚੇਂਜ ਕਰਨ ਦੀ ਗੱਲ ਕਰੋਗੇ, ਔਰ ਚੇਂਜ ਵਾਲੀਆਂ ਗੱਲਾਂ ਤੁਹਾਡੇ ਲਈ ਟਫ ਹੋ ਜਾਣਗੀਆਂ ਬੇਹੱਦ ਜ਼ਿਆਦਾ। ਹੁਣ ਤਾਂ ਸੋਚ ਕੇ ਜਿਹੜਾ ਰੋਡ ਮੈਪ ਹੋਏਗਾ, ਸ਼ਾਇਦ ਲੋਕ ਇੰਨੇ ਬੇਭਰੋਸਗੀ ਦੇ ਵਿੱਚ ਦੀ ਮਾਈਂਡਸੈਟ 'ਚ ਚਲੇ ਗਏ ਨੇ, ਹੁਣ ਉਹ ਕਹਿੰਦੇ ਨੇ ਜਿਵੇਂ ਦੁੱਧ ਦਾ ਫੂਕਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ, ਤੇ ਉਹ ਹੁਣ ਜਦੋਂ ਯਕੀਨ ਕਰਨਗੇ ਤਾਂ ਉਹ ਯਕੀਨ ਕਰਨ ਦੇ ਲਈ ਵੀ ਤੁਹਾਨੂੰ ਗਰਾਊਂਡ ਚਾਹੀਦੀ ਹੈ, ਧਰਾਤਲ ਚਾਹੀਦਾ, ਸੋਲਿਡ। ਫਾਇਦਾ ਹੋਵੇ ਜਾਂ ਨੁਕਸਾਨ ਹੋਵੇ, ਪਹਿਲਾਂ ਭਰੋਸਾ ਜਿੱਤਣ ਦਾ ਖਵਾਲ ਹੈ। ਉਹ ਭਰੋਸਾ ਕਦੋਂ ਤੱਕ ਜਾਂਦਾ, ਉਹ ਜਿੱਤਿਆ ਮੇਰਾ ਖਿਆਲ ਹੈ ਇੱਕ ਇਲੈਕਸ਼ਨ 'ਚ ਨਹੀਂ ਜਾਣਾ ਜਾਂ ਕੇਵਲ ਇੱਕੋ ਕੰਮ 'ਚ ਨਹੀਂ ਜਾਣਾ, ਉਹਦੇ ਲਈ ਕੁਝ ਤਰਤੀਬ ਹੁੰਦੀ ਹੈ, ਕੁਝ ਮੇਰਾ ਖਿਆਲ ਹੈ ਟਾਈਮ ਲੱਗਦਾ ਉਹ ਸਾਰੇ ਮਾਮਲੇ ਦੇ ਵਿੱਚ। ਨਹੀਂ ਉਹ ਕਿਵੇਂ ਕਰਨਗੇ, ਨਵੀਂ ਟੀਮ ਵੀ ਕਿਵੇਂ ਕਰੂਗੀ, ਬਾਕੀ ਚੀਜ਼ਾਂ ਕੀ ਕਰਨਗੀਆਂ, ਇਹ ਸਮੁੱਚੇ ਅਕਾਲੀ ਕੈਡਰ ਦਾ, ਅਕਾਲੀ ਲੀਡਰਸ਼ਿਪ ਦਾ ਦੇਖਣ ਦਾ ਸਵਾਲ ਹੈ। ਹੁਣ ਜੇਕਰ ਇਹ ਗੱਲ ਹੁੰਦੀ ਹੈ ਕਿ ਇੱਕ ਫੈਸਲਾ ਕੌਣ, ਇਹ ਲੜਾਈ ਹੈ ਵੀ ਉਹ ਤਾਂ ਅਸਤੀਫਾ ਦਿੰਦੇ ਨਹੀਂ ਜੀ, ਜਿਵੇਂ ਕਹਿੰਦੇ ਨੇ, ਔਰ ਇਹ ਵੀ ਗੱਲਾਂ ਚੱਲੀਆਂ ਨੇ ਵੀ ਸਭ ਨੇ ਕਹਿ ਕੇ ਦੇਖ ਲਿਆ ਜੀ ਅਸਤੀਫਾ ਨਹੀਂ ਦਿੰਦੇ, ਪਰ ਦੂਜੇ ਪਾਸੋਂ ਇੱਕ ਗੱਲ ਇਹ ਵੀ ਆ ਰਹੀ ਹੈ ਵੀ ਉਹ ਤਾਂ ਕਹਿ ਰਹੇ ਸੀ ਮੈਂ ਤਾਂ ਅਸਤੀਫਾ ਦੇ ਕੇ ਚੱਲਿਆ, ਤੁਸੀਂ ਚਲਾ ਲਓ ਫਿਰ ਖਰਚੇ ਆਪ ਕਰੋ। ਇਦੋਂ ਪਹਿਲਾਂ ਸਾਰੇ ਗੱਲ ਇਹ ਕਹਿ ਰਹੇ ਸੀ ਵੀ ਖਰਚਾ ਕੌਣ ਕਰੂਗਾ, ਕਈ ਸੱਜਣ ਇਹ ਵੀ ਕਹਿੰਦੇ ਹੁੰਦੇ ਸੀ ਖਰਚਾ ਕੌਣ ਚਲਾਊਗਾ ਇੰਨਾ, ਤੇ ਇਹਦਾ ਮਤਲਬ ਕਿਤੇ ਗੱਲ ਉਹ ਵੀ ਹੋਈ ਹੋਣੀ ਹੈ ਫਿਰ ਵੀ ਤੁਸੀਂ ਖਰਚਾ ਚਲਾਓ ਤੇ ਮੈਂ ਚੱਲਿਆ। ਜੇ ਉਹ ਵੀ ਹੋਈ ਹੈ ਤਾਂ ਫਿਰ ਉਹ ਲੌਜਿਕ ਕਿੱਥੇ ਗਿਆ ਕਿ ਉਹ ਤਾਂ ਅਸਤੀਫਾ ਦੇਣਾ ਹੀ ਨਹੀਂ ਚਾਹੁੰਦਾ, ਚਾਹੇ ਇਹ ਕਹਿੰਦਾ ਮੈਂ ਇਕੱਲਾ ਰਹਿ ਜਾ। ਹਜੇ ਬਹੁਤ ਗੱਲਾਂ ਛੜ ਛੜ ਕੇ ਸਾਹਮਣੇ ਆਉਣੀਆਂ ਨੇ, ਜਦੋਂ ਦੋਨੇ ਧਿਰਾਂ ਆਪੋ ਆਪਣਾ ਵਿਊ ਰੱਖਣਗੀਆਂ, ਜਦ ਤੱਕ ਹੋਏਗਾ ਤਾਂ ਜ਼ਿਆਦਾ ਕਲੈਰਿਟੀ ਹੋਏਗੀ, ਜ਼ਿਆਦਾ ਜਿੰਨੀ ਸਪਸ਼ਟਤਾ ਹੋਏਗੀ ਮੁੱਦਿਆਂ ਤੇ, ਢੰਗ ਤਰੀਕਿਆਂ ਤੇ, ਸ਼ਾਇਦ ਇਹੀ ਇੱਕ ਤਰੀਕਾ ਮੰਥਨ ਦਾ ਜਿਹਦੇ 'ਚੋਂ ਸ਼ਾਇਦ ਅਕਾਲੀ ਦਲ ਦੇ ਸਰਵਾਈਵਲ ਹੈ। ਫਿਊਚਰ 'ਚ ਆਮ ਕੇਡਰ ਤੱਕ ਉਹ ਗੱਲਾਂ ਜਾਣਗੀਆਂ, ਫਿਰ ਕੇਡਰ ਚੋਣ ਕਰੂਗਾ ਕਿ ਕੀ ਕਰਨਾ, ਮੈਂ ਕਿਹਦੇ ਨਾਲ ਹਾਂ ਕਿਹਦੇ ਨਾਲ ਨਹੀਂ। ਸਰ ਜਗਤਾਰ ਸਿੰਘ ਜੀ, ਮੇਰੇ ਮਨ 'ਚ ਇੱਕ ਖਿਆਲ ਆ ਰਿਹਾ ਸੀਗਾ ਕਿ ਜਦੋਂ ਢੀਂਡਸਾ ਦੇ ਪੁੱਤਰ ਨੂੰ ਪਰਮਿੰਦਰ ਸਿੰਘ ਨੂੰ ਟਿਕਟ ਤੋਂ ਨਾ ਕੀਤੀ ਗਈ ਸੀ ਔਰ ਉਹਨਾਂ ਦੀ ਜਗ੍ਹਾ ਇਕਬਾਲ ਸਿੰਘ ਝੂੰਦਾ ਕੈਂਡੀਡੇਟ ਬਣਾਏ ਗਏ ਸੀ, ਜੇ ਮੈਂ ਗਲਤ ਨਾ ਹੋਵਾਂ ਤੇ ਹੋ ਸਕਦਾ ਹੋਵੇ, ਜੇ ਮੈਂ ਇਹਨੂੰ ਪੁਖਤਗੀ ਨਾਲ ਨਾ ਵੀ ਲਵਾਂ, ਕਿ
ਢੀਂਡਸਿਆਂ ਤੇ ਬਾਦਲਾਂ ਦੇ ਵਿੱਚ ਜਿਹੜੀ ਮੁੜ ਕੇ ਸਮਝੌਤਾ ਐਕਸਪ੍ਰੈਸ ਚੱਲੀ ਉਹਦੇ ਵਿੱਚ ਕਿਤੇ ਹਰਿੰਦਰ ਸਾਹਿਬ ਦਾ ਰੋਲ ਹੋਵੇ ਤੇ ਬਾਅਦ ਦੇ ਵਿੱਚ ਟਿਕਟ ਨਾ ਦੇਣ ਸਮੇਂ ਬੁਰਾ ਲੱਗਿਆ ਹੋਵੇ ਹਰਿੰਦਰ ਸਾਹਿਬ ਨੂੰ ਵੀ ਇਹ ਤਾਂ ਯਾਰ ਕਿਸੇ ਗੱਲ ਤੇ ਨਹੀਂ ਰਹਿੰਦੇ ਅਗਲੇ ਬੰਦੇ ਆਏ ਕਿਉਂ ਤੁਹਾਡੇ ਨਾਲ ਜੇ ਤੁਸੀਂ ਉਹਨਾਂ ਨੂੰ ਇੱਕ ਟਿਕਟ ਵੀ ਨਹੀਂ ਦੇ ਸਕਣੀ ਸੀਗੀ ਦੋ ਤਾਂ ਕੀ ਦੇਣੀ ਆ ਤੇ ਦੂਜੀ ਗੱਲ ਇਹ ਵੀ ਕਿ ਬਿਕਰਮ ਮਜੀਠੀਆ ਨੇ ਵੀ ਉਹਨਾਂ ਦਿਨਾਂ ਦੇ ਵਿੱਚ ਹਾਂ ਝਾਂ ਮਿਲਾਈ ਸੀਗੀ ਕਿ ਹਾਂ ਪਰਮਿੰਦਰ ਨੂੰ ਟਿਕਟ ਦੇਣੀ ਚਾਹੀਦੀ ਸੀਗੀ ਸੋ ਕਿਤੇ ਕਿਤੇ ਬੰਦਾ ਅੰਦਰੋਂ ਨਾਰਾਜ਼ਗੀ ਕਿ ਯਾਰ ਇਹ ਤਾਂ ਚੱਲਦੇ ਹੀ ਗਲਤ ਡਾਇਰੈਕਸ਼ਨ 'ਚ ਨੇ ਇਹ ਤਾਂ ਚਾਹੁੰਦੇ ਹੀ ਨਹੀਂਗੇ ਕਿ ਪਾਰਟੀ ਖੜੀ ਹੋਵੇ ਸੋ ਕਈ ਵਾਰੀ ਇੰਜ ਵੀ ਚੀਜ਼ਾਂ ਵਾਪਰਦੀਆਂ ਨੇ ਕਿ ਚਲੋ ਹੁਣ ਜੇ ਇਹ ਤੁਰੇ ਹੋਏ ਆ ਤੇ ਚਲੋ ਅਸੀਂ ਆਪਣੀ ਜਗ੍ਹਾ ਵੀ ਦੇ ਦਿੰਦੇ ਵੀ ਆ ਜਾਓ ਇੱਥੇ ਤੁਹਾਨੂੰ ਰੋਟੀ ਰਾਟੀ ਖਵਾਉਂਦੇ ਵਧੀਆ ਪਤਾ ਲੱਗਿਆ ਖਾਣਾ ਖੁਣਾ ਬਹੁਤ ਸ਼ਾਨਦਾਰ ਸੀਗਾ ਕਿਤੇ ਹਰਿੰਦਰ ਸਾਹਿਬ ਕੋ ਖਾਣਾ ਹੀ ਖਾ ਕੇ ਆਉਂਦੇ ਜਾ ਕੇ ਸਾਰੇ ਰਲ ਮਿਲ ਕੇ ਚਲੋ ਮੈਂ ਗੱਲ ਜੇ ਤੋਰਾਂ ਜੀ ਨਹੀਂ ਇਹ ਇੰਨੀ ਛੋਟੀ ਜਿਹੀ ਗੱਲ ਨਹੀਂ ਹੈ ਤੁਸੀਂ ਤਾਂ ਬਿਲਕੁਲ ਨੈਰੋ ਡਾਊਨ ਕਰਤਾ ਇਹ ਜਿਹੜਾ ਬਰਾਡਰ ਏਜੰਡਾ ਚੱਲ ਰਿਹਾ ਕਿਸੇ ਪਾਸਿਓਂ ਪੰਜਾਬ ਦਾ ਉਹਦਾ ਪਾਰਟ ਹੈ ਸਾਰਾ ਕੁਛ ਮੇਰੇ ਖਿਆਲ ਦੇ ਵਿੱਚ ਜਿਹੜੀ ਤੁਸੀਂ ਇੰਡੀਵਿਜੁਅਲ ਦੀ ਪੋਲਿਟਿਕਸ ਕੀਤੀ ਨਾ ਉਹ ਤਾਂ ਇਹ ਵੀ ਕਿਹਾ ਜਾਂਦਾ ਕਿ ਆਪਣੇ ਬਿਕਰਮ ਮਜੀਠੀਆ ਹੋਰੀ ਉਹ ਤਾਂ ਇਸ ਗੱਲ ਦੇ ਹੱਕ ਦੇ ਵਿੱਚ ਵੀ ਸੀ ਕਿਸੇ ਵੇਲੇ ਕਿ ਸ਼੍ਰੋਮਣੀ ਅਕਾਲੀ ਦਲ ਬਰਗਾੜੀ ਦੇ ਮਾਮਲੇ ਤੇ ਵਿਧੀਵਤ ਤਰੀਕੇ ਨਾਲ ਮਾਫ਼ੀ ਮੰਗੇ ਅਕਾਲ ਤਖ਼ਤ ਸਾਹਮਣੇ ਪੇਸ਼ ਹੋਵੇ ਪੁਰਾਣੀ ਗੱਲ ਹੈ ਤੇ ਲੇਟੈਸਟ ਇਹ ਵੀ ਸੁਣਿਆ ਗਿਆ ਸੀ ਕਿ ਕਹਿੰਦੇ ਸੀ ਵੀ ਆਪਣੇ ਅੰਮ੍ਰਿਤਪਾਲ ਨੂੰ ਅਡਾਪਟ ਕਰ ਲਓ ਐਜ਼ ਕੈਂਡੀਡੇਟ ਇੱਥੋਂ ਤੱਕ ਵੀ ਗੱਲ ਆਈ ਹੈ ਲੇਕਿਨ ਸੁਖਬੀਰ ਜੀ ਨੇ ਤਾਂ ਸਟੈਂਡ ਲੈ ਰਿਹਾ ਸੀ ਵੀ ਉਹ ਏਜੰਸੀਆਂ ਦਾ ਪਾਰਟ ਹੈ ਔਰ ਇੰਟਰਸਟਿੰਗ ਗੱਲ ਇਹ ਹੈ ਜਿੰਨਾ ਕੁ ਮੈਂ ਪਤਾ ਕੀਤਾ ਬਈ ਕਦੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਗੱਲ ਕਦੇ ਹੋਈ ਸ਼ੇਅਰ ਕੀਤੀ ਸੁਖਬੀਰ ਜੀ ਨੇ ਕਿ ਅੰਮ੍ਰਿਤਪਾਲ ਏਜੰਸੀਆਂ ਵੱਲੋਂ ਭੇਜਿਆ ਗਿਆ ਕੋਈ ਡਿਟੇਲ ਉਹਦੀ ਉਹ ਕਹਿੰਦੇ ਨਹੀਂ ਕਦੇ ਜ਼ਿਕਰ ਵੀ ਨਹੀਂ ਹੋਇਆ ਸੋ ਇਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਮੈਂ ਸਿਰਫ ਜਾਣਕਾਰੀ ਦੇ ਆਧਾਰ ਤੇ ਗੱਲ ਕਰਦਾ ਹੁੰਦਾ ਸੋ ਜਿਹੜਾ ਏਜੰਡਾ ਹੈ ਬਰਾਡਰ ਹੈ ਹੁਣ ਕੱਲ ਹੋਇਆ ਕੀ ਹੈ ਥੋੜੀ ਜਿਹੀ ਜ਼ਿਆਦਾ ਨਹੀਂ ਕੌਣ ਹੈਡ ਕਰੇ ਇਹ ਬੇਸਿਕਲੀ ਤਾਂ ਕੱਲ ਸਾਰਾ ਬੁੱਢਾ ਦਲ ਸੀ ਮੈਂ ਬੁੱਢਾ ਦਲ ਵਰਤ ਰਿਹਾ ਸ਼੍ਰੋਮਣੀ ਬੁੱਢਾ ਦਲ ਤੇ ਇਹ ਲੋਕ ਬਾਈ ਐਂਡ ਲਾਰਜ ਜਿੰਨੇ ਗਲਤੀਆਂ ਤੇ ਗੁਨਾਹ 1996 ਤੋਂ ਬਾਅਦ ਹੋਏ ਹੈ ਉਹਦੇ ਹਿੱਸੇਦਾਰ ਹੈ ਲੋਕੀ ਜੇ ਸੁਖਬੀਰ ਸਿੰਘ ਬਾਦਲ ਤੇ ਭਰੋਸਾ ਨਹੀਂ ਹੈ ਤੇ ਇਹਨਾਂ ਤੇ ਭਰੋਸਾ ਇਕਦਮ ਲੋਕ ਕਿਵੇਂ ਕਰਨਗੇ ਤਾਂ ਮੈਂ ਕਿਹਾ ਵੀ ਮਸਲਾ ਇਸ ਵੇਲੇ ਇਹ ਨਹੀਂ ਹੈ ਕਿ ਬੀਜੇਪੀ ਨਾਲ ਜਾਣਾ ਹੈ ਨਹੀਂ ਜਾਣਾ ਕੀ ਕਰਨਾ ਕੀ ਨਹੀਂ ਬੇਸਿਕ ਇਸ਼ੂਜ਼ ਹੈਗੇ ਹੈ ਕੁਛ ਲੀਡਰ ਕੀ ਨੇ ਬਣਨਾ ਪਾਰਟੀ ਦਾ ਇਹ ਕਿਸੇ ਬਜ਼ੁਰਗ ਨੂੰ ਅੱਗੇ ਲਾ ਕੇ ਪਾਰਟੀ ਰਿਵਾਈਵ ਨਹੀਂ ਕੀਤੀ ਜਾ ਸਕਦੀ ਕਿਸੇ ਯੰਗ ਤੁਸੀਂ ਜਿਹੜਾ ਲੀਡਰ ਹੈ ਉਹਨੂੰ ਹੀ ਅੱਗੇ ਲਾਓਗੇ ਨਾ ਤੇ ਉਹ ਚਰਚਾ ਕਿੰਨਾ ਨਾਵਾਂ ਤੇ ਹੋਈ ਉਹ ਸਟੱਡੀ ਕਰਨ ਵਾਲਾ ਸਾਰਾ ਤੇ ਮੇਰੇ ਕੋਲ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਮੈਨੂੰ ਸਿਰਫ ਇੰਨਾ ਹੀ ਪਤਾ ਕਿ ਕੋਈ ਡਿਸਕਸ਼ਨ ਹੋ ਗਈ ਹੈ ਇਸ਼ੂ ਇਹ ਹੈਗੀ ਹੈ ਬੇਸਿਕਲੀ ਤੇ ਬਾਕੀ ਗੱਲ ਤਾਂ ਬਾਅਦ ਦੇ ਵਿੱਚ ਹੁੰਦੀ ਹੈ ਤੇ ਹਾਲੇ ਤਾਂ ਇਹੀ ਹੈ ਵੀ ਹਾਲੇ ਹੋਰ ਮੀਟਿੰਗਾਂ ਕਰੋ ਤੇ ਆਸੇ ਪਾਸੇ ਹੋਰ ਵਿਚਾਰ ਵਟਾਂਦਰਾ ਕਰੋ ਵੀ ਇਹ ਗੱਲ ਕਿਵੇਂ ਤੋਰਨੀ ਹੈ ਸੋ ਹਾਲੇ ਹੌਲੀ ਹੌਲੀ ਗੱਲ ਅੱਗੇ ਤੁਰੇਗੀ ਇਕਦਮ ਸ਼ਾਇਦ ਪੋਸੀਬਲੀ ਸ਼ੋਅਡਾਊਨ ਨਾ ਹੋਵੇ ਲੇਕਿਨ ਇੱਕ ਗੱਲ ਤੇ ਉਹ ਕਲੀਅਰ ਹੈਗੇ ਆ ਕਿ ਸੁਖਬੀਰ ਜੀ ਨੇ ਰਿਜ਼ਾਈਨ ਨਹੀਂ ਕਰਨਾ ਜੇ ਰਿਜ਼ਾਈਨ ਨਹੀਂ ਕਰਨਾ ਤੇ ਆਪਣੀ ਪਾਰਟੀ ਨਵੀਂ ਖੜੀ ਕੀਤੀ ਜਾਵੇ ਜੇ ਖੜੀ ਕੀਤੀ ਜਾਵੇ ਤਾਂ ਉਹਦਾ ਲੀਡਰ ਕੌਣ ਹੋਵੇ ਤੇ ਉਸ ਤੋਂ ਬਾਅਦ ਉਹਦਾ ਏਜੰਡਾ ਕੀ ਹੋਵੇ ਜੀ ਸਵਾਲ ਤੁਸੀਂ ਇੱਕ ਹਲਕਾ ਜਿਹਾ ਉਠਾਇਆ ਹਲਕਾ ਜਿਹਾ ਸਵਾਲ ਉੱਥੇ ਉੱਠਿਆ ਵੀ ਸੀਗਾ
ਤੇ ਬੜੇ ਹੀ ਲਾਈਟ ਮੂਡ ਚ ਉੱਠਿਆ ਸੀ ਹਾਸੇ ਠੱਠੇ ਚ ਕਿ ਸੰਤਾ ਸਿੰਘ ਅਮੈਦਪੁਰੀ ਨੂੰ ਜਥੇਦਾਰ ਬਣਾ ਲਓ, ਮਤਲਬ ਮੋਰਚੇ ਦਾ ਡਿਕਟੇਟਰ ਬਣਾ ਲਓ ਸੰਤਾ ਸਿੰਘ ਅਮੈਦਪੁਰੀ ਨੂੰ, ਚੇਰੇ ਮੋਰੇ ਵਾਲੇ ਹੈਗੇ ਆ। ਨਹੀਂ ਮੈਂ ਕੋਈ ਨਾਂ ਨਹੀਂ ਸੀ ਲੈਣਾ ਜੀ। ਔਰ ਕਨਵੀਨਰ ਚੰਦੂ ਮਾਜਰਾ ਸਾਹਿਬ ਵੀ ਹੋ ਸਕਦੇ ਆ, ਕੋਈ ਵੀ ਹੋ ਸਕਦੇ, ਸਲਾਹਕਾਰਾਂ ਚ ਢੀਂਡਸਾ ਸਾਹਿਬ ਵੀ ਹੋ ਸਕਦੇ ਤੇ ਹੋਰ ਵੀ ਹੋ ਸਕਦੇ ਆ। ਚਲੋ ਅਸੀਂ ਤਾਂ ਹਾਸਾ ਠੱਠਾ ਕਰਦੇ ਹਾਂ, ਇਹ ਗੱਲ ਕਾਫੀ ਕਾਫੀ ਸੀਰੀਅਸਲੀ ਬਹੁਤ ਸੰਜੀਦਗੀ ਨਾਲ ਇਹ ਸਾਰੀਆਂ ਗੱਲਾਂ ਹੋਈਆਂ ਨੇ। ਸਦਾ ਹਮੀਰ ਸਿੰਘ ਹੋਰਾਂ ਨੇ ਬਹੁਤ ਡਿਟੇਲ ਦੇ ਵਿੱਚ ਸਵੇਰੇ ਵੀ ਉਹ ਦੱਸਿਆ, ਹੁਣ ਵੀ ਇਹਨਾਂ ਨੇ ਜ਼ਿਕਰ ਕੀਤਾ। ਸੋ ਅਸੀਂ ਹੁਣ ਇੱਥੋਂ ਅੱਗੇ ਤੁਰਦੇ ਹਾਂ। ਮੈਂ ਸਰ ਜਗਤਾਰ ਸਿੰਘ ਜੀ ਤੁਹਾਡੇ ਤੋਂ ਹੀ ਅੱਗੇ ਚੱਲਣਾ, ਸਮੀਰ ਸਿੰਘ ਜੀ ਕੋਈ ਕਰਨ ਵਾਲੀ ਗੱਲ ਤਾਂ ਨਹੀਂ ਇਹਦੇ ਚ ਹੋਰ, ਨਹੀਂ ਤਾਂ ਫਿਰ ਅੱਗੇ ਚੱਲੀਏ। ਇਹਦੇ ਚ ਇੱਕੋ ਹੀ ਸੀ ਵੀ ਜਿਹੜੀ ਪਰਸਨਲ ਗੱਲ ਵੀ ਤੁਸੀਂ ਕਹਿ ਰਹੇ ਸੀ ਵੀ ਢੀਂਡਸਾ ਨੂੰ ਟਿਕਟ ਨਹੀਂ ਮਿਲੀ, ਮੈਨੂੰ ਲੱਗਦਾ ਢੀਂਡਸਾ ਬੀਜੇਪੀ ਤੋਂ ਹਤਾਸ਼ ਹੋ ਕੇ ਆਏ ਸੀ ਵਾਪਸ, ਜਦੋਂ ਪਹਿਲਾਂ ਢੀਂਡਸਾ ਉਹਨਾਂ ਨੇ ਅਲੱਗ ਅਕਾਲੀ ਦਲ ਬਣਾਇਆ ਉਦੋਂ ਬੀਜੇਪੀ ਨਾਲ ਸ਼ਾਇਦ ਰਾਇ ਕੀਤੀ ਗਈ ਸੀ, ਔਰ ਉਹਨਾਂ ਨੂੰ ਯਕੀਨ ਦਵਾਇਆ ਗਿਆ ਸੀ ਜਿਹੜਾ ਇਸ ਸਾਈਡ ਦਾ ਕਹਿਣਾ ਕਿ ਘੱਟੋ ਘੱਟ ਬੰਦੀ ਸਿੰਘ ਅਸੀਂ ਤੁਹਾਡੇ ਨਾਂ ਤੁਹਾਡੇ ਨਾਲ ਗੱਲ ਕਰਕੇ ਛੱਡ ਦਿਆਂਗੇ ਇੱਕ ਅੱਧੇ ਤੋਂ ਬਿਨਾਂ ਬਾਕੀ, ਤੇ ਉਹਦੇ ਤੋਂ ਵੀ ਉਹ ਪਿੱਛੇ ਹਟ ਗਏ ਤੇ ਇਹਨਾਂ ਨਾਲ ਵੀ ਕੋਈ ਗੱਲ ਕੋਈ ਕਮਿਟਮੈਂਟ ਨਹੀਂ ਨਿਭਾਈ ਬੀਜੇਪੀ ਨੇ, ਜਿਹਦੇ ਕਰਕੇ ਉਹ ਪ੍ਰੈਸ਼ ਉਦੋਂ ਹਤਾਸ਼ ਹੋ ਕੇ ਵਾਪਸ ਆਏ ਵੀ ਫਿਰ ਉਹ ਅਕਾਲੀ ਦਲ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ, ਮੈਨੂੰ ਲੱਗਦਾ ਬਾਕੀ ਗੱਲ ਨਹੀਂ ਹੈ ਹੋਰ ਕੋਈ। ਔਰ ਜੇ ਬੀਜੇਪੀ ਦੀ ਗੱਲ ਦੇਖੋ, ਬੀਜੇਪੀ ਤਾਂ ਬਰਜਿੰਦਰ ਸਿੰਘ ਹਮਦਰਦ ਉਹਨਾਂ ਦੇ ਨਾਲ ਸ਼ਾਮਿਲ ਹੁੰਦੇ ਹੋਏ ਅਕਾਲੀ ਤਖ਼ਤ ਦੀ 5-ਮੈਂਬਰੀ ਕਮੇਟੀ, ਇਹਨਾਂ ਨੂੰ ਕਿਹਾ ਗਿਆ ਤੁਸੀਂ ਟਾਈਮ ਲਾਏ ਦਿਓ, ਤੇ ਕਦੇ ਕਿਸੇ ਨੂੰ ਕਿਹਾ ਗਿਆ ਤੁਸੀਂ ਟਾਈਮ ਲਾਏ ਦਿਓ ਦਿੱਲੀ ਸਿੰਘ ਗੁਰਦਾਸ, ਟਾਈਮ ਨਹੀਂ ਦਿੱਤਾ ਉਹਨਾਂ ਨੇ, ਤੇ ਬੀਜੇਪੀ ਆਪਣੀਆਂ ਟਰਮ 'ਚ ਤੇ ਖੇਡ ਰਹੀ ਹੈ, ਤੁਹਾਡੀਆਂ ਤੇ ਨਹੀਂ, ਐਡਾ ਵੀ ਕੋਈ ਪਾਵਰਫੁਲ ਆਦਮੀ ਨਹੀਂ ਹੈ ਇੱਥੇ ਪੰਜਾਬ 'ਚ ਇੰਡੀਵਿਜੁਅਲ, ਤਾਂ ਜੇ ਉਹ ਜਥੇਬੰਦੀ ਐਸ ਜੀ ਪੀ ਸੀ ਨੂੰ ਟਾਈਮ ਨਹੀਂ ਦੇ ਰਹੀ, ਅਕਾਲੀ ਦਲ ਇੰਨਾ ਮਾਈਨਸ ਹੋ ਗਿਆ ਤਾਂ ਇੰਡੀਵਿਜੁਅਲ ਵੱਡੇ ਬੰਦੇ ਕਿਵੇਂ ਬਣ ਸਕਦੇ ਨੇ। ਇਹ ਵੀ ਯਾਦ ਰੱਖਣ ਦੀ ਗੱਲ ਹੈ ਨਾ ਪੰਜਾਬ ਦੀ ਜਿਹੜੇ ਧਰਾਤਲ ਦੇ ਉੱਤੇ, ਕਿ ਜਦੋਂ ਸੰਸਥਾਵਾਂ ਕਮਜ਼ੋਰ ਹੁੰਦੀਆਂ ਨੇ ਉਦੋਂ ਵਿਅਕਤੀ ਜਿੱਡੇ ਮਰਜ਼ੀ ਵੱਡੇ ਹੋਣ ਉਹ ਛੋਟੇ ਹੀ ਰਹਿੰਦੇ ਨੇ, ਉਹ ਵੱਡੇ ਨਹੀਂ ਬਣ ਸਕਦੇ ਹੁਣ। ਵੈਸੇ ਵੀ ਤੁਸੀਂ ਜਦੋਂ ਗੱਲ ਤੋਰੀ ਆ ਤਾਂ ਇਹਦੇ 'ਚ ਇੱਕ ਟਿੱਪਣੀ ਤਾਂ ਬਣਦੀ ਹੈ ਕਿ ਬਰਜਿੰਦਰ ਸਿੰਘ ਹਮਦਰਦ ਵੀ ਮਹਿਸੂਸ ਕਰਦੇ ਹੋਣਗੇ, ਉਹਨਾਂ ਨੇ ਇੱਥੋਂ ਦੀ ਪੋਲਿਟਿਕਸ ਨੂੰ ਡਿਕਟੇਟ ਕੀਤਾ ਵੱਖ ਵੱਖ ਮੌਕਿਆਂ ਤੇ, ਈਵਨ ਜਦੋਂ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਵਾਰੀ ਥੋੜੇ ਜਿਹੇ ਵਿਵਾਦ ਹੋਏ, ਬਾਅਦ 'ਚ ਉਹਨਾਂ ਨਾਲ ਵੀ ਫਰੂਟਫੁੱਲ ਰਿਸ਼ਤੇ ਹੋ ਗਏ, ਕਦੇ ਮੇਰਾ ਖਿਆਲ ਬਰਜਿੰਦਰ ਸਿੰਘ ਹਮਦਰਦ ਦੀ ਗੱਲ ਕਿਸੇ ਸਰਕਾਰ ਨੇ ਮੋੜੀ ਨਹੀਂ ਪਿਛਲੇ ਕੁਝ ਦਹਾਕਿਆਂ ਤੋਂ। ਉਹ ਕਾਫੀ ਦੇਰ ਤੋਂ ਫੀਲ ਕਰਦੇ ਹੋਣਗੇ ਕਿ ਹੁਣ ਜਿਹੜਾ ਵਰਚਸਪ ਹੈਗਾ ਸੱਤਾ ਨਾਲ ਜੁੜੇ ਰਹਿਣ ਦਾ ਉਹ ਟੁੱਟ ਰਿਹਾ, ਤੇ ਕਿਉਂ ਨਾ ਕੋਈ ਨਵੀਂ ਧਾਰਾ ਵਹਾਈ ਜਾਵੇ। ਸੁਖਬੀਰ ਸਿੰਘ ਦੀ ਗੱਲ ਉਹ ਬੀਜੇਪੀ ਤੋਂ ਸਿੱਧਤ ਹੋਣ, ਉਹਦੀ ਬਜਾਏ ਉਹ ਇਸ ਖਿੱਤੇ ਦੀ ਰਾਜਨੀਤੀ ਨੂੰ ਹੋਰ ਤਰੀਕੇ ਨਾਲ ਡਿਕਟੇਟ ਕਰਨਾ ਚਾਹ ਰਹੇ ਨੇ, ਜਾਂ ਚਾਹ ਰਹੇ ਨੇ ਕਿ ਕੁਝ ਹੋਵੇ ਇੰਨੇ ਖਲਾਅ ਦੇ ਵਿੱਚੋਂ ਕਿਸੇ ਨੂੰ ਕੱਢ ਕੇ ਦੇਖਿਆ ਜਾਵੇ। ਖੈਰ ਮੈਂ ਇਹਨੂੰ ਗੱਲ ਨੂੰ ਛੱਡਦਾ, ਚਲੋ ਆਪਾਂ ਹੁਣ ਅਗਲੇ ਮੁੱਦੇ ਤੇ ਚਲੇ ਜਾਂਦੇ ਹਾਂ, ਤੇ ਮੈਂ ਤੁਹਾਡੇ ਤੋਂ ਹੀ ਲੈ ਲਾ। ਜਦੋਂ ਮੁੱਖ ਮੰਤਰੀ ਅੱਜ ਇਹ ਸਫਾਈ ਦਿੰਦੇ ਨੇ ਜਾਂ ਸਫਾਈ ਨਹੀਂ ਦਿੰਦੇ, ਹੁੱਬ ਕੇ ਗੱਲ ਕਰਦੇ ਆ ਕਿ ਜਲੰਧਰ ਦੇ ਵਿੱਚ ਮੈਂ ਕਿਆਮ ਕਰੂੰਗਾ, ਰਿਹਾਇਸ਼ ਰੱਖੂੰਗਾ, ਔਰ ਕੰਪੇਨ ਮੈਂ ਕਰ ਰਿਹਾ ਔਰ ਮੈਂ ਹੀ ਇਹ ਕੰਪੇਨ ਕਰਾਂਗਾ, ਤੇ ਇਹ ਉਹ ਅੰਗਰੇਜ਼ੀ ਦੀ ਅਖਬਾਰ ਦੀ ਜਿਹੜੀ ਖਬਰ ਸੀ ਜਿਹਦੇ ਵਿੱਚ ਕਿ ਮੁੱਖ ਮੰਤਰੀ ਚਿਹਰਾ ਨਹੀਂ ਹੋਣਗੇ ਕੰਪੇਨ ਦਾ, ਔਰ ਦੂਜੇ ਪੰਨੇ ਇਹ ਵਜ਼ੀਰ ਤੇ MLA, ਕੁਝ ਵਜ਼ੀਰ ਤੇ ਕੁਝ MLA, 23-ਮੈਂਬਰੀ ਕਮੇਟੀ ਦਾ ਵੀ ਗੱਲ ਹੋ ਰਹੀ ਆ, ਤੇ ਜ਼ਿੰਮੇਵਾਰੀਆਂ ਸੌਂਪਣ ਦੀ ਵੀ ਗੱਲ ਹੋ ਰਹੀ ਸੀ। ਹੁਣ ਧੁੰਦ ਛੱਟ ਗਈ ਹੈ ਜੇ ਮੈਂ ਤੁਹਾਡੇ ਤੋਂ ਸਮਝਣਾ ਚਾਹਾਂ, ਕੁਲਦੀਪ ਧਾਲੀਵਾਲ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਜੇ ਤੁਸੀਂ ਜ਼ੁਬਾਨ ਦੇ ਸਕੋ। ਮੈਂ ਜਦੋਂ ਸਵੇਰੇ ਖਬਰ ਪੜ੍ਹੀ ਹੈ ਨਾ, ਮੈਨੂੰ ਲੱਗਿਆ ਵੀ ਇਹ ਤਾਂ ਇਸ ਖਬਰ ਨੇ ਤਾਂ ਮੁੱਖ ਮੰਤਰੀ ਦਾ ਛੱਡਿਆ ਹੀ ਕੁਛ ਨਹੀਂ, ਦੱਸਦਾ ਵੀ ਮੁੱਖ ਮੰਤਰੀ ਇਲੈਕਸ਼ਨ ਜਿਤਾਉਣ ਦੇ ਕਾਬਲ ਨਹੀਂ ਹੈ, ਤੇ ਇੱਕ ਮੁੱਖ ਮੰਤਰੀ ਵਾਸਤੇ ਇਸ ਤੋਂ ਵੱਡੀ ਇਨਵੈਸਟੀਗੇਸ਼ਨ ਕੀ ਹੁੰਦੀ ਹੈ। ਉਸ ਖਬਰ ਦਾ ਮਤਲਬ ਇਹ ਸੀਗਾ, ਤੇ ਉਹਦੇ ਚ ਪਾਰਟੀ ਵੱਲੋਂ ਤਾਂ ਖਬਰ ਹੈ ਨਹੀਂ, ਨਾਰਮਲੀ ਜਿਹੜੀ ਅਸੀਂ ਸੋਰਸਿਸ ਤੋਂ ਖਬਰ ਕਰਦੇ ਹਾਂ, ਸੋਰਸਿਸ ਤੋਂ ਖਬਰ ਸੀਗੀ ਕਿ ਸੰਦੀਪ ਪਾਠਕ ਦਾ ਨਾਂ ਵਿੱਚ ਲਿਖਿਆ ਹੋਇਆ ਸੀਗਾ,
ਟੀਓ ਇੰਚਾਰਜ ਹੈ, ਠੀਕ ਹੈ, ਪਾਰਟੀ ਇਲੈਕਸ਼ਨ ਕੰਪੇਨ ਸਾਰੀ ਹੀ ਜਿੰਨੀਆਂ ਵੀ ਆਮ ਆਦਮੀ ਪਾਰਟੀ ਕਿਸੇ ਲੈਵਲ 'ਤੇ ਵੀ ਇਲੈਕਸ਼ਨ ਲੜਦੀ ਹੈ, ਉਹਦਾ ਇੰਚਾਰਜ ਸੰਦੀਪ ਪਾਠਕ ਹੀ ਹੁੰਦਾ, ਇਹ ਸਿਰਫ ਪੰਜਾਬ ਦੀ ਗੱਲ ਨਹੀਂ ਹੈ, ਉਹ ਉਹਨਾਂ ਦੇ ਐਕਸਪਰਟ ਹੈ ਇਸ ਕੰਮ ਦੇ ਵਾਸਤੇ। ਉਹ ਕਹਿੰਦੇ ਵੀ ਉਹਨਾਂ ਦੀ ਉਹਨਾਂ ਨੇ ਡਿਊਟੀ ਲਾਈ ਹੈ ਕਿ ਭਗਵੰਤ ਮਾਨ ਇਹਦੇ 'ਚ ਬਹੁਤਾ ਦਖਲ ਨਹੀਂ ਦੇਣਗੇ, ਔਰ ਸ਼ੁਰੂ ਤੋਂ ਭਗਵੰਤ ਮਾਨ ਕਹਿ ਰਹੇ ਸੀਗੇ ਕਿ ਮੈਂ ਘਰ ਕਿਰਾਏ 'ਤੇ ਲੈ ਰਿਹਾ, ਅਤੇ ਅੱਜ ਵੀ ਉਹਨਾਂ ਨੇ ਫਿਰ ਹੁਸ਼ਿਆਰਪੁਰ ਆਪਣੀ ਪਬਲਿਕਲੀ ਅਨਾਊਂਸਮੈਂਟ ਕੀਤੀ, ਉਹ ਸ਼ਾਇਦ ਕੋਈ ਪਬਲਿਕ ਮੀਟਿੰਗ ਸੀ ਉੱਥੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਮੈਂ ਇਲੈਕਸ਼ਨ ਮੈਂ ਹੀ ਕਮਾਂਡ ਕਰ ਰਿਹਾ, ਅਤੇ ਮੈਂ ਇਸ ਤੋਂ ਬਾਅਦ ਜਲੰਧਰ ਆਪਣਾ ਘਰ ਲੈ ਰਿਹਾ ਲੈ ਲਿਆ ਅਤੇ ਉੱਥੇ ਮੈਂ ਰਹੂੰਗਾ ਲਗਾਤਾਰ ਹੀ, ਅਤੇ ਉਹ ਖਬਰ ਉਹਨਾਂ ਨੇ ਡਿਨਾਈ ਕੀਤੀ ਹੈ। ਇਸ ਤੋਂ ਬਾਰੇ ਵੱਧ ਮੈਂ ਕੁਛ ਨਹੀਂ ਕਹਿਣਾ। ਅਤੇ ਦੂਜੇ ਪਾਸੇ ਕੁਲਦੀਪ ਧਾਲੀਵਾਲ ਉਹਨਾਂ ਦੇ ਮਿਨਿਸਟਰ, ਉਹਨਾਂ ਨੇ ਵੀ ਵੱਖਰੇ ਤੌਰ 'ਤੇ ਇਹੀ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਕੰਪੇਨ ਦੇ ਇੰਚਾਰਜ ਹੋਣਗੇ। ਸੋ ਗੱਲ ਉਹਨਾਂ ਨੇ ਕਲੀਅਰ ਕੀਤੀ ਹੈ ਜੋ ਛਪਿਆ, ਅਤੇ ਉਸ ਕੰਟੈਕਸਟ ਦੇ ਵਿੱਚ ਆਪਾਂ ਇਸ ਤੋਂ ਬਾਅਦ ਮੈਂ ਤਾਂ ਪਰਸਨਲੀ ਮੈਂ ਜ਼ਿਆਦਾ ਕਮੈਂਟ ਕਰਨ ਦੇ ਹੱਕ ਦੇ ਵਿੱਚ ਨਹੀਂ ਇਸ ਤੋਂ ਬਾਅਦ। ਸਰ ਹਮੀਰ ਸਿੰਘ ਜੀ, ਜਦੋਂ ਆਪਾਂ ਸਵੇਰੇ ਵੀ ਇਸ ਖਬਰ ਨੂੰ ਲੈ ਰਹੇ ਸੀ ਤੇ ਤੁਹਾਡਾ ਇਹ ਤਰਕ ਸੀ ਕਿ ਇਹ ਲੱਗਦਾ ਨਹੀਂ ਕਿ ਇੰਜ ਹੁੰਦਾ ਹੈ ਕਦੀ, ਮੁੱਖ ਮੰਤਰੀ ਜੇ ਨਾਮ ਹੀ ਕੰਪੇਨ ਦਾ ਚਿਹਰਾ ਹੋਣਗੇ ਤੇ ਜ਼ਿੰਮੇਵਾਰੀ ਫਿਕਸ ਫਿਰ ਵੀ ਉਹਨਾਂ ਤੇ ਹੀ ਹੋਣੀ ਆ, ਕਿਉਂਕਿ ਸਰਕਾਰ ਦੇ ਮੁਖੀ ਆ ਤੇ ਇਹ ਸਰਕਾਰ ਦੀ ਕਾਰਗੁਜ਼ਾਰੀ ਨੂੰ ਹੀ, ਪਾਰਟੀ ਦੀ ਕਾਰਗੁਜ਼ਾਰੀ ਨੂੰ ਹੀ ਲੋਕਾਂ ਨੇ ਵੋਟਾਂ ਪਾਉਣੀਆਂ। ਉਹ ਪਾਰਟੀ ਦੇ ਵੀ ਮੁਖੀ ਨੇ ਪੰਜਾਬ ਦੇ ਵਿੱਚ ਤੇ ਸਰਕਾਰ ਦੇ ਮੁਖੀ ਨੇ, ਸੋ ਚਿਹਰਾ ਹੋਣ ਨਾ ਹੋਣ ਜ਼ਿੰਮੇਵਾਰੀ ਉੱਥੇ ਹੀ ਆਉਣੀ ਆ, ਤੇ ਮੈਨੂੰ ਕੋਈ ਤੁਸੀਂ ਕਿਹਾ ਸੀ ਤਰਕ ਨਹੀਂ ਲੱਗਦਾ ਇਸ ਗੱਲ ਦੇ ਵਿੱਚ। ਖੈਰ ਮੈਂ ਹੁਣ ਤੁਹਾਡੇ ਕੋਲ ਇਹੀ ਸਵਾਲ ਦੁਬਾਰਾ ਜੇ ਪੁੱਛਾਂ ਕਿ ਪੂਰਾ ਦਿਨ ਲਗਭਗ ਸਵੇਰੇ ਅਰਲੀ ਤੋਂ ਲੈ ਕੇ ਦੁਪਹਿਰਾਂ ਤੱਕ ਮੈਂ ਵੀ ਸਕੱਤਰੇਤ ਦੇ ਵਿੱਚ ਕਈ ਵਾਰੀ ਨੌਕ ਕੀਤਾ, ਕਈ ਅਫਸਰਾਂ ਨਾਲ ਗੱਲ ਹੋਈ, ਕੁਝ ਇੱਕ ਮੈਨੂੰ ਵੀ ਨੌਕ ਕੀਤਾ ਕਿ ਤੁਸੀਂ ਇਹ ਖਬਰ ਜਿਹੜੀ ਇਹਦਾ ਸੋਰਸ ਕੀ ਆ, ਕਿਵੇਂ ਆ, ਤੁਸੀਂ ਇਹਨੂੰ ਇਨਵੈਸਟੀਗੇਟ ਕੀਤਾ, ਤਾਂ ਇਹ ਗੱਲ ਬਹੁਤ ਤੇਜ਼ੀ ਨਾਲ ਫੈਲ ਰਹੀ ਸੀਗੀ ਕਿ ਕੀ ਮੁੱਖ ਮੰਤਰੀ 'ਚ ਵਿਸ਼ਵਾਸ ਨਹੀਂ ਰਿਹਾ ਪਾਰਟੀ ਨੂੰ, ਕੀ ਇਹ ਕੇਜਰੀਵਾਲ ਸਾਹਿਬ ਦੀ ਇੱਛਾ ਹੈ ਕਿ ਮੁੱਖ ਮੰਤਰੀ ਨਾ ਅੱਗੇ ਹੋਣ, ਕੀ ਇਹ ਮੁੱਖ ਮੰਤਰੀ ਦੀ ਆਪਣੀ ਇੱਛਾ ਹੈ ਕਿ ਜੇ ਇਸ ਜਿੱਤ ਹਾਰ ਦਾ ਜਿਹੜਾ ਇਹ ਆਪਣੇ ਉੱਤੇ ਸਾਰਾ ਭਾਰ ਨਾ ਲਿਆ ਜਾਵੇ। ਸੋ ਸਾਰੀਆਂ ਸਥਿਤੀਆਂ ਦੇ ਵਿੱਚ ਜਦੋਂ ਹੁਣ ਐਕਚੁਅਲੀ ਧੂੜ ਹਟ ਗਈ ਹੈ ਤਾਂ ਤੁਸੀਂ ਇਹਨੂੰ ਕਿਵੇਂ ਲੈ ਰਹੇ ਹੋ? ਨਹੀਂ, ਮੈਨੂੰ ਲੱਗਦਾ ਕਿ ਕਦੇ ਵੀ ਕੋਈ ਬੰਦਾ ਜਾਂ ਮੁੱਖ ਮੰਤਰੀ ਹੋਏਗਾ ਜਾਂ ਜਿਹੜਾ ਟੌਪ ਆਦਮੀ ਹੁੰਦਾ ਹੈ ਉਹ ਸਾਈਡਲਾਈਨ ਆਪਣੇ ਆਪ ਨਹੀਂ ਹੁੰਦਾ, ਕਿਉਂਕਿ ਆਪਣੇ ਆਪ ਹੋ ਜਾਏਗਾ ਤਾਂ ਸਮਝ ਲਓ ਗਿਆ, ਤੇ ਜੇ ਉਹ ਕਹੇ ਮੈਂ ਭਾਰ ਨਹੀਂ ਚੁੱਕਦਾ, ਮੈਂ ਲੀਡ ਨਹੀਂ ਕਰਦਾ ਤੇ ਕੋਈ ਹੋਰ ਚਲਾ ਜਾਏ, ਫਿਰ ਤਾਂ ਆਟੋਮੈਟਿਕਲੀ ਉਹ ਅਯੋਗ ਹੋ ਗਿਆ, ਇਨਕੈਪੇਬਲ ਹੋ ਗਿਆ ਕਿ ਤੂੰ ਤਾਂ ਠੀਕ ਹੈ ਜੀ ਇਸ ਲੈਵਲ ਦੀ ਹੈ ਹੀ ਨਹੀਂ, ਕਿ ਜੇ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੋ, ਤੁਸੀਂ ਲੀਡ ਕਰਨ ਲਈ ਤਿਆਰ ਨਹੀਂ ਹੋ ਕੰਪੇਨ, ਇਹ ਤਾਂ ਨਹੀਂ ਹੁੰਦਾ। ਪਰ ਆਮ ਆਦਮੀ ਪਾਰਟੀ ਇੱਕ ਗੱਲ ਜ਼ਰੂਰ ਪਿਛਲੇ ਸਮੇਂ 'ਚ ਆਹ ਇਲੈਕਸ਼ਨ ਦੇ ਰਿਜ਼ਲਟਾਂ ਤੋਂ ਬਾਅਦ ਆਈ, ਜਿਹੜੀਆਂ ਕਈ ਅਲੱਗ ਅਲੱਗ ਟਾਈਪ ਦੇ ਰਿਵਿਊ ਕਰਨ ਦੀ ਜਿਹੜੀ ਗੱਲ, ਪਾਰਟੀ ਇੱਕ ਸਿਸਟਮ 'ਚ ਰਿਵਿਊ ਕਰਦੀ ਹੁੰਦੀ ਹੈ ਜਿਹੜੀ ਵੀ ਹੈ, ਔਰ ਤੁਸੀਂ ਦੇਖੋ ਕਿ ਲਗਭਗ 15-20 ਬੰਦੇ ਸਿਲੈਕਟਡ ਬੁਲਾ ਕੇ ਸੰਦੀਪ ਪਾਠਕ ਨੇ ਇੱਕ ਰਿਵਿਊ ਕੀਤਾ ਇਸ ਇਲੈਕਸ਼ਨ ਦਾ ਕਿ ਕੀ ਹੈ, ਕਿਹਦਾ ਕੀ ਰੋਲ ਹੈ, ਕਿਵੇਂ ਹੈ, ਕੀ ਕਰਨਾ ਕੀ ਨਹੀਂ ਕਰਨਾ। ਭਗਵੰਤ ਮਾਨ ਆਪਣੇ ਤਰੀਕੇ ਨਾਲ ਹਲਕਾ ਵਾਈਜ ਬੁਲਾ ਕੇ ਕਰ ਰਹੇ ਸੀ, ਰਾਘਵ ਚੱਡਾ ਨੇ ਆਪ ਇੱਕ ਮੀਟਿੰਗ ਕਰ ਲਈ, ਪਹਿਲਾਂ ਨਹੀਂ ਵੀ ਸੀ ਹੋ ਰਹੀ ਫਿਰ ਵੀ ਹੋ ਗਈ ਇੱਕ ਮੀਟਿੰਗ, ਸਾਰਿਆਂ ਨੂੰ ਬੁਲਾ ਲਿਆ, ਹਾਰਿਆਂ ਨੂੰ ਵੀ ਤੇ ਜਿੱਤਿਆਂ ਨੂੰ ਵੀ ਬੁਲਾ ਲਿਆ, ਬੁਲਾ ਕੇ ਗੱਲ ਕੀਤੀ, ਤਾਂ ਇੰਨੇ ਸੈਂਟਰ ਕਿਵੇਂ ਰਿਵਿਊ ਕਰਦੇ ਨੇ ਮੈਨੂੰ ਇਹ ਸਮਝ ਨਹੀਂ ਆਈ ਕਿਸੇ ਲੈਵਲ ਦੇ ਉੱਤੇ ਜਾ ਕੇ, ਕਿਤੇ ਨਾ ਕਿਤੇ ਕੋਈ ਗੱਲ ਤਾਂ ਚੱਲਦੀ ਹੁੰਦੀ ਹੈ। ਪਰ ਅਰਵਿੰਦ ਕੇਜਰੀਵਾਲ ਦੇ ਅੰਦਰ ਹੋਣ ਦੇ ਤੋਂ ਬਾਅਦ ਇਹ ਮੰਨਿਆ ਜਾਂਦਾ ਸੀ ਕਿ ਭਗਵੰਤ ਮਾਨ ਕਾਫੀ ਜ਼ਿਆਦਾ ਪਾਵਰਫੁਲ ਐਂਗਲ ਤੋਂ ਵਿਚਰ ਰਹੇ ਨੇ, ਉਹ ਆਪਣੇ ਢੰਗ ਨਾਲ ਗੱਲ ਕਰਨਗੇ, ਆਪਣੇ ਢੰਗ ਨਾਲ ਹੀ ਉਹਨਾਂ ਨੇ ਕਿਹਾ ਵੀ ਸੀ ਕਿ ਮੈਂ ਉੱਥੇ ਘਰ ਲੈ ਰਿਹਾ ਤੇ ਮੈਂ ਸਾਰਿਆਂ ਨੂੰ ਦੇਖੂੰਗਾ ਉਸ ਲੈਵਲ ਦੇ ਉੱਤੇ,
ਤਿੰਨ ਦਿਨ ਉੱਥੇ ਰਿਹਾ ਕਰਨਗੇ ਇਸੇ ਲਈ ਉਹ ਘਰ ਤੇ ਵੀ ਹਾਲਾਂਕਿ ਇਹ ਗੱਲ ਹੋਈ ਸੀ ਵੀ ਕੰਪੇਨ ਲਈ ਤਾਂ ਇਕੱਲਾ ਘਰ ਕਾਹਦੇ ਲਈ ਲੈਣਾ ਹੁੰਦਾ, ਬਾਕੀ ਦੀਆਂ ਚੀਜ਼ਾਂ ਹੁੰਦੀਆਂ ਨੇ, ਆਇਆ ਜਾਇਆ ਵੀ ਜਾ ਸਕਦਾ ਹੁੰਦਾ, ਇਹ ਕੋਈ ਬੜੀ ਗੱਲ ਨਹੀਂ ਹੈ। ਪਰ ਇਹ ਖਬਰ ਆਉਣੀ ਮੇਰੇ ਖਿਆਲ ਹੈ ਅੱਜ ਵੀ ਜਿਹੜੀ ਉਹ ਖਬਰ ਦਾ ਇੱਕ ਫੋਲੋ ਅਪ ਅੱਗੇ ਆਇਆ ਉਹਦੇ ਚ 23 ਬੰਦਿਆਂ ਦੀ ਲਿਸਟ ਦਿੱਤੀ ਹੈ ਕਿ ਇਹ ਮੇਨ ਉੱਥੇ ਜ਼ਿੰਮੇਵਾਰੀ ਸੰਭਾਲਣਗੇ ਜੀ। 23 ਬੰਦਿਆਂ ਚ ਜ਼ਿੰਮੇਵਾਰੀ ਸੰਭਾਲਣਗੇ, ਉਹਦੇ ਚ ਫਿਰ ਵੀ ਕੀ ਲਿਖਿਆ ਹੋਇਆ? ਉਹਦੇ ਚ ਲਿਖਿਆ ਹੋਇਆ ਕਿ ਜਿਹੜਾ ਸੰਦੀਪ ਪਾਠਕ ਦੀ ਅਗਵਾਈ ਚ 2 MP ਜਿਹੜੇ ਹੁਣ ਜਿੱਤੇ ਨੇ ਉਹਨਾਂ ਚੋਂ, ਮਤਲਬ 3 ਨੀ 2 ਕਿਉਂ ਨੇ ਮੈਨੂੰ ਨੀ ਸਮਝ ਆਉਂਦੀ, 2 ਹੀ ਕਿਉਂ ਨੇ, ਮੀਤ ਹਿਆਰ ਔਰ ਕੱਲਾ ਇਹ ਜਿਹੜਾ ਕੰਗ ਹੈ ਮਰਵਿੰਦਰ ਸਿੰਘ ਕੰਗ, ਇਹ 2 ਕਿਉਂ ਹੋਣਗੇ ਤਾਂ 3 ਕਿਉਂ ਨਹੀਂ ਹੈ? ਮਤਲਬ ਇਹ ਵੀ ਇੱਕ ਗੱਲ ਆਪਦੇ ਆਪ ਚ ਉਹ ਹੈ, ਜੇ 3 ਨੇ 3 ਸਾਂਭ ਲੈਣਗੇ ਕੀ ਫਰਕ ਪੈਂਦਾ? ਔਰ ਨਾਲ ਇਹ ਹੈ ਸਗੋਂ ਇਹ ਦੋਨੋਂ ਜਨਰਲ ਨੇ ਜਿੱਥੇ ਚੋਣ ਹੋ ਰਹੀ ਹੈ, ਉਹ ਰਿਜ਼ਰਵ ਹੈ, ਤੁਹਾਡੇ ਕੋਲ ਰਿਜ਼ਰਵ MP ਹੈ ਜਿੱਤੇ ਹੋਏ, ਤੇ ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਉਹ ਬਾਹਰ ਕਿਵੇਂ ਛੱਡਿਆ ਗਿਆ ਉਸ ਮਾਮਲੇ, ਜੇ ਇਹ ਸੂਚੀ ਹੈ ਤਾਂ ਜਿਹੜੀ ਸੂਚੀ ਦਿਖਾਈ ਦੇ ਰਹੀ ਹੈ ਅੱਜ ਲਿਖੀ ਜਾ ਰਹੀ ਹੈ, ਤੇ ਉਹਦੇ ਚੋਂ ਫਿਰ ਮੈਂ ਥੋੜਾ ਜਿਹਾ ਕਲੀਅਰ ਕਰਦਾ ਕਿ ਅੰਗਰੇਜ਼ੀ ਟ੍ਰਿਬਿਊਨ ਦੇ ਵੈਬ ਪੋਰਟਲ ਤੇ ਇਹ ਖਬਰ ਮੁੜ ਕੇ ਉਹਦੇ ਫਾਲੋ ਅਪ ਵਜੋਂ ਜਿਵੇਂ ਸਾਹਮੀਰ ਸਿੰਘ ਜੀ ਕਹਿ ਰਹੇ ਆਈ ਹੈ, ਜਿਹਦੇ ਚ ਸਾਹਮੀਰ ਸਿੰਘ ਹੋਰਾਂ ਜਿਹੜੀਆਂ ਗੱਲਾਂ ਕੀਤੀਆਂ ਹੋਈਆਂ ਜੀ। ਜੇ ਇਹ ਗੱਲ ਕੰਟੀਨਿਊਟੀ ਸਹੀ ਹੈ ਤਾਂ ਮੈਂ ਇਹ ਸਵਾਲ ਉਠਾ ਰਿਹਾ ਇਹਨਾਂ ਸਾਰੇ ਗੱਲਾਂ ਤੇ, ਤਾਂ ਪਾਰਟੀ ਦੱਸੂਗੀ ਸਹੀ ਹੈ ਕਿ ਨਹੀਂ ਹੈ। ਔਰ ਇਹਦੇ ਨਾਲ ਦੀ ਨਾਲ 4 ਮੰਤਰੀ ਜਿਨ੍ਹਾਂ ਨੂੰ ਉੱਥੇ ਇੰਚਾਰਜ ਬਣਾਇਆ ਜਾਏਗਾ, ਉਹ 4 ਮੰਤਰੀ ਜਿਹੜੇ ਨੇ ਉਹਨਾਂ ਚ ਲੋਕਲ ਮੰਤਰੀ ਹੈ ਨੇ ਜਾਂ ਨਹੀਂ ਹੈ, ਬਾਕੀ ਕਿੱਧਰ ਜਾਣਗੇ ਨੇੜੇ ਤੇੜੇ ਦੇ ਜਿਹੜੇ ਨੇ, ਕੁਲਦੀਪ ਧਾਲੀਵਾਲ ਵੀ ਆ, ਕਟਾਰੂ ਚੱਕ ਵੀ ਆ, ਮਾਝੇ ਵਾਲੇ ਮੰਤਰੀ ਤਾਂ ਉੱਥੇ ਲਿਆ ਰਹੇ ਹੋ, ਮਾਲਵੇ ਚੋਂ ਵੀ ਲਿਆ ਰਹੇ ਹੋ 2, ਤੇ ਜਿਹੜੇ ਦੁਆਬੇ ਵਾਲੇ ਮੰਤਰੀ ਕਿੱਧਰ ਜਾਣਗੇ ਜੀ? ਉਹਨਾਂ ਨੂੰ ਕਿਉਂ ਨੀ ਫਿਰ 4 ਮੰਤਰੀ ਕਿਉਂ ਇੰਚਾਰਜ ਨੇ ਤੇ ਬਾਕੀ MLA ਨੇ? ਜਾਂ ਫਿਰ ਇਹ ਆ ਵੀ ਉਹ ਤਾਂ ਚਲੋ ਲੋਕਲ ਹੋਣੇ ਹੀ ਹੋਣੇ ਨੇ, ਕਈ ਵਾਰੀ ਇਹ ਅੰਦਾਜ਼ਾ ਵੀ ਹੋ ਸਕਦਾ ਹੁੰਦਾ ਵੀ ਚਲੋ ਬਾਕੀ ਤਾਂ ਹੋਣਗੇ ਹੀ ਤੇ ਬਾਹਰਲੇ ਬੰਦਿਆਂ ਦੀ ਆਪਾਂ ਇਹ ਡਿਊਟੀਆਂ ਨਾਲ, ਇਹ ਗੱਲਾਂ ਕੁਝ ਖੜਾ ਤਾਂ ਕਰਦੀਆਂ ਨੇ ਡਾਊਟ, ਜੇਕਰ ਇੱਕ ਇਹ ਲਿਸਟਿੰਗ ਜਿਹੜੀ ਹੁੰਦੀ ਹੈ ਉਹ ਕੋਈ ਜਾਵੇ ਨਾ ਜਾਵੇ, ਟੌਪ ਤੇ ਜਿਹੜੇ ਤੁਹਾਡੇ ਕੰਪੇਨਰ ਹੁੰਦੇ ਨੇ ਨਾ, ਟੌਪ ਤੇ ਨਾਮ ਹਮੇਸ਼ਾ ਹੀ, ਜਿਵੇਂ ਤੁਸੀਂ ਦੇਖੋ ਅਰਵਿੰਦ ਕੇਜਰੀਵਾਲ ਚਾਹੇ ਜੇਲ੍ਹ ਸੀਗੇ ਜੀ, ਜਦੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਆਉਂਦੀ ਰਹੀ ਹੈ, ਟੌਪ ਅਰਵਿੰਦ ਕੇਜਰੀਵਾਲ, ਸੈਕਿੰਡ ਸੁਨੀਤਾ ਕੇਜਰੀਵਾਲ, ਚਾਹੇ ਉਹ ਪਾਰਟੀ ਦੀ ਬਾਕੀ ਵੀ ਨਹੀਂ, ਤੇ ਥਰਡ ਭਗਵੰਤ ਮਾਨ ਹੈ ਜੇ ਸਟਾਰ ਪ੍ਰਚਾਰਕ ਤੇ, ਇਹ ਲਿਸਟ ਆਉਂਦੀ ਰਹੀ ਹੈ, ਉਦੋਂ ਵੀ ਇੱਕ ਇਤਰਾਜ਼ ਹੁੰਦਾ ਰਿਹਾ ਕਿ ਸੈਕਿੰਡ ਸੁਨੀਤਾ ਕੇਜਰੀਵਾਲ ਕਿਵੇਂ ਹੈ? ਸੈਕਿੰਡ ਤਾਂ ਇੱਕ ਚੀਫ ਮਿਨਿਸਟਰ ਉਹੀ ਹੋਊਗਾ ਨਾ, ਉਦੋਂ ਬਾਅਦ ਠੀਕ ਹੈ ਨੀਚੇ ਕਿਧਰੇ ਵੀ ਪਾ ਦਿਓ ਤਾਂ ਵੀ ਕੋਈ ਅਲੱਗ ਗੱਲ ਹੁੰਦੀ ਹੈ, ਤਾਂ ਉਹ ਚੋਂ ਅੰਦਾਜ਼ੇ ਲੱਗਣ ਲੱਗ ਗਏ ਕਿ ਕੀ ਸੁਨੀਤਾ ਕੇਜਰੀਵਾਲ ਅਰਵਿੰਦ ਕੇਜਰੀਵਾਲ ਤੋਂ ਬਾਅਦ ਪਾਰਟੀ ਦੀ ਟੋਟਲ ਇੰਚਾਰਜ ਹੋਏਗੀ ਓਵਰਆਲ, ਕਿ ਦਿੱਲੀ ਦੀ ਚੀਫ ਮਿਨਿਸਟਰੀ ਉਹ ਸਾਂਭਣਗੇ? ਇਹ ਸਵਾਲ ਨੇ ਜਿਹੜੇ ਫਿਰ ਅੱਗੇ ਤੋਂ ਅੱਗੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਬਾਕੀ ਜਿਹੜਾ ਇੱਕ ਟੈਕਨੀਕਲ ਕੁਐਸਚਨ ਸਾਡੇ ਸਾਹਮਣੇ ਆ, ਉਹ ਭਗਵੰਤ ਮਾਨ ਉਹਨਾਂ ਨੇ ਐਜ ਏ ਚੀਫ ਮਿਨਿਸਟਰ ਕਲੀਅਰ ਕਰਤਾ ਕਿ ਮੈਂ ਲੜ ਹੀ ਰਿਹਾ ਉਹ ਚੋਣ, ਮੈਂ ਹੀ ਲੜੂੰਗਾ ਤੇ ਮੈਂ ਹੀ ਉੱਥੇ ਜਾ ਕੇ ਗੱਲ ਕਰੂੰਗਾ ਜੋ ਵੀ ਕਰੂੰਗਾ, ਔਰ ਈਵਨ ਧਾਲੀਵਾਲ ਉਹਨਾਂ ਨੇ ਵੀ ਕਹਿਤਾ। ਪਰ ਵੈਸੇ ਹੀ ਇੱਕ ਜਨਰਲੀ ਗੱਲ ਹੈ ਜਿਹੜੀ ਮੈਂ ਸਵੇਰੇ ਵੀ ਇਸ ਲਈ ਕੀਤੀ, ਕੋਈ ਕਿੰਨੀਆਂ ਮੀਟਿੰਗਾਂ ਕਰਦਾ ਕਿੰਨੀਆਂ ਨਹੀਂ, ਜ਼ਰੂਰੀ ਨਹੀਂ ਹੁੰਦਾ ਕਿ ਚੀਫ ਮਿਨਿਸਟਰ ਉੱਥੇ ਹੀ ਰਹੇ ਬਾਈ ਇਲੈਕਸ਼ਨ ਦੇ ਵਿੱਚ, ਉਹ ਇੱਕ ਕਰਦਾ, 2 ਮੀਟਿੰਗਾਂ ਕਰਦਾ, 4 ਕਰਦਾ, ਇਦੋਂ ਬਿਨਾਂ ਵੀ ਜ਼ਿੰਮੇਵਾਰੀ ਤੇ ਅਗਵਾਈ ਚੀਫ ਮਿਨਿਸਟਰ ਦੀ ਉਹ ਹੁੰਦੀ ਹੈ ਜਦੋਂ ਗੌਰਮੈਂਟ ਹੁੰਦੀ ਹੈ ਕਿਸੇ ਵੀ ਪਾਰਟੀ ਦੀ, ਬਾਕੀ ਗੱਲਾਂ ਸੈਕੰਡਰੀ ਹੁੰਦੀਆਂ ਨੇ, ਉਹ ਇੱਕ ਆਪਣੀ ਗੱਲ ਹੈ ਕਿ ਉਹਨੂੰ ਕਿ ਕਿਹੜੇ ਕੋਨ ਤੋਂ ਕਿਹੜੇ ਢੰਗ ਨਾਲ ਕਿਸੇ ਨੇ ਦੇਖ ਜੀ। ਇੱਕ ਜਾਂਦੇ ਜਾਂਦੇ ਸੁਧਾਮੀਰ ਸਿੰਘ ਜੀ, ਇੱਕ ਟਿੱਪਣੀ ਮੈਂ ਚਾਹੂੰਗਾ ਨੈਸ਼ਨਲ ਪੋਲਿਟਿਕਸ ਤੇ ਜ਼ਰੂਰ ਦਿੰਦੇ ਜਾਓ। ਕਈ ਚੀਜ਼ਾਂ ਵਾਪਰ ਰਹੀਆਂ ਨੇ ਔਰ ਇੱਕ ਤਾਂ ਇਹਨਾਂ ਦੇ ਵੱਡੇ ਆਗੂ ਨੇ, ਸੱਤਾਧਾਰੀਆਂ ਦੇ ਵੱਡੇ ਆਗੂ ਨੇ ਬੜਾ ਕਲੀਅਰ ਕਰਤਾ ਕਿ ਅਸੀਂ TMC ਨਾਲ ਗੱਲ ਕਰ ਲਈ ਹੈ, ਸਾਡੀ ਹੁਣ ਸਹਿਮਤੀ ਹੈ ਜੀ ਸਪੀਕਰ ਦੇ ਮਾਮਲੇ ਦੇ ਵਿੱਚ। ਔਰ ਵੈਸੇ ਵੀ ਜਿਹੜਾ ਅੱਗੇ ਸੈਸ਼ਨ ਆ ਰਿਹਾ, ਪਹਿਲਾ ਸੈਸ਼ਨ ਹੋਊਗਾ ਇਸ ਸਰਕਾਰ ਦਾ, ਇਹ ਸਦਨ ਪਹਿਲੀ ਵਾਰੀ ਜੁੜੂਗਾ,
ਉਹਦੇ ਵਿੱਚ ਵੀ ਮੰਨਿਆ ਜਾ ਰਿਹਾ ਕਿ ਵਿਰੋਧੀਆਂ ਦੀ ਰਣਨੀਤੀ ਇਸ ਵਾਰੀ ਤਿੱਖੀ ਹੋਣ ਵਾਲੀ ਆ, ਇਸ ਵਾਰੀ ਸ਼ਾਇਦ ਡਿਫੈਂਸਿਵ ਹੋਣਾ ਪੈ ਜੇ ਸਰਕਾਰ ਨੂੰ, ਭਾਰਤੀ ਜਨਤਾ ਪਾਰਟੀ ਨੂੰ। ਕੀ ਕਹਿੰਦੇ ਹੋ ਜੀ ਇਹ ਦੋ ਤਿੰਨ ਪਹਿਲੂ? ਮੈਨੂੰ ਲੱਗਦਾ ਸਰਕਾਰ ਪ੍ਰੈਸ਼ਰ 'ਚ ਦਿਖਾਈ ਦਿੰਦੀ ਹੈ, ਜਿਹੜੀ ਪਹਿਲਾਂ ਵਾਲੀਆਂ ਦੋ ਟਰਮ ਨੇ ਇੰਨਾ ਕਦੇ ਨਹੀਂ ਮੰਨਿਆ, ਉਹਨਾਂ ਨੇ ਪਾਰਲੀਮੈਂਟ 'ਚ ਵੀ ਨਹੀਂ ਮੰਨਿਆ। ਦੋ ਤਿੰਨ ਰੌਲੇ ਨੇ ਹੁਣ ਜਿਹੜੇ ਵੱਡੇ ਨੇ, ਜਿਹੜੇ ਪਾਰਲੀਮੈਂਟ 'ਚ ਜਾਣ ਤੋਂ ਪਹਿਲਾਂ ਹੀ ਨੇ। ਇੱਕ ਰੌਲਾ ਤਾਂ ਇਹ ਸੀ ਕਿ ਪ੍ਰੋਟਮ ਸਪੀਕਰ ਦਾ ਸੀਗਾ। ਪ੍ਰੋਟਮ ਸਪੀਕਰ ਦੇ ਵਿੱਚ ਨੋਰਮਲੀ ਟ੍ਰੈਂਡ ਟ੍ਰੈਡੀਸ਼ਨ ਤਾਂ ਇਹੀ ਹੈ ਕਿ ਜੀ ਜਿਹੜਾ ਵੀ ਸੀਨੀਅਰ ਮੋਸਟ ਹੋਏਗਾ ਤੇ ਉਹ ਸਹੁੰ ਚੁਕਾ ਦਿੰਦਾ, ਉਹਨੇ ਸਹੁੰ ਚੁਕਾਉਣੀ ਆ, ਉਹਨੇ ਕੁਝ ਨਹੀਂ ਹੋਰ ਜ਼ਿਆਦਾ ਕਰਨਾ ਹੁੰਦਾ। ਤੇ ਉਹ ਕਾਂਗਰਸ ਦਾ 8 ਵਾਰ ਦਾ ਇੱਕ ਸੀਗਾ ਤੇ ਤੁਸੀਂ 7 ਵਾਰ ਦਾ ਬਣਾ ਦਿੱਤਾ ਗਿਆ ਬੀਜੇਪੀ ਨੇ ਪ੍ਰੋਟਮ ਸਪੀਕਰ ਲਈ ਜਿਹੜਾ ਭੇਜਿਆ ਕਿ ਚਲੋ ਜੀ ਉਹ ਤੇ ਇੱਕ ਰੌਲਾ ਕਿਉਂ ਨੀ। ਹੁਣ ਬੀਜੇਪੀ ਨੇ ਕਿਰਨ ਰਿਜਿਜੂ ਜਿਹੜੇ ਪਾਰਲੀਮਾਨੀ ਅਫੇਅਰ ਮਿਨਿਸਟਰ ਨੇ, ਉਹਨਾਂ ਨੇ ਉਹਦਾ ਇੱਕ ਲੌਜਿਕ ਇਹ ਦਿੱਤਾ ਕਿ ਕਿਉਂਕਿ 7 ਵਾਰ ਲਗਾਤਾਰ ਜਿੱਤੇ ਆ, ਉਹ ਜਿਹੜਾ 8 ਵਾਰ ਵਾਲਾ ਵਿੱਚੋਂ 1-2 ਵਾਰ ਹਾਰਿਆ ਹੋਇਆ, ਇਸ ਕਰਕੇ ਸਨਿਓਰਟੀ ਇਹ ਬਣਦੀ ਹੈ। ਹੁਣ ਇਹ ਸਨਿਓਰਟੀ ਇਸ ਢੰਗ ਨਾਲ ਬਣਦੀ ਹੁੰਦੀ ਹੈ ਜਾਂ ਕਿਵੇਂ ਹੈ, ਇਹ ਰੌਲਾ ਇੱਕ ਲੈਵਲ ਦੇ ਉੱਤੇ ਹੈ। ਸ਼ਾਇਦ ਇਹ ਚੀਜ਼ ਸਪੀਕਰ ਦੀ ਸਰਬਸੰਮਤੀ ਨਾਲ ਚੋਣ ਜਾਂ ਡਿਪਟੀ ਸਪੀਕਰ ਆਪੋਜੀਸ਼ਨ ਨੂੰ ਦੇ ਦੇ ਜਾਂ ਨਾ ਦੇ ਦੇ, ਇਹਦੇ ਰਸਤੇ ਦਾ ਵੀ ਇੱਕ ਵੱਡਾ ਰੋੜਾ ਬਣ ਜਾਏਗੀ ਜਿਸ ਢੰਗ ਦੇ ਨਾਲ ਕਾਂਗਰਸ ਨੇ ਇਹ ਤੇ ਰਿਐਕਟ ਕੀਤਾ ਇਸ ਸਾਰੇ ਮਾਮਲੇ ਦੇ ਉੱਤੇ। ਦੂਸਰਾ ਸਵਾਲ ਇਹ ਹੈ ਕਿ ਇੱਕ ਵੱਡਾ ਮਾਮਲਾ ਜਿਹੜਾ ਸਾਡੇ ਸਾਹਮਣੇ ਨੀਟ ਦਾ ਆ ਗਿਆ ਤੇ ਬਾਕੀ ਦਾ, ਔਰ ਗੌਰਮੈਂਟ ਨੇ ਜਾਣ ਤੋਂ ਪਹਿਲਾਂ ਸੈਸ਼ਨ 'ਚ ਇੰਨਾ ਜ਼ਿਆਦਾ ਉਹ ਮੁੱਦਾ ਆਪੋਜੀਸ਼ਨ ਨੇ ਉਭਾਰਿਆ ਕਿ ਵਿਆਪਨ ਤੋਂ ਬਾਅਦ ਇਹ ਬਹੁਤ ਬੜਾ ਮੁੱਦਾ ਤੇ ਤੁਸੀਂ ਇਹ ਨਹੀਂ ਕਰ ਸਕਦੇ ਇਸ ਲੈਵਲ ਦਾ, ਤੇ ਪ੍ਰਧਾਨ ਮੰਤਰੀ ਖਾਮੋਸ਼ ਕਿਉਂ ਨੇ? ਰਾਹੁਲ ਗਾਂਧੀ ਦਾ ਕੱਲ੍ਹ ਦਾ ਆਪਾਂ ਬਿਆਨ ਜਿਹੜਾ ਦੇਖ ਰਹੇ ਸੀ, ਉਹ ਕਹਿੰਦੇ ਸੀ ਕਿ ਪ੍ਰਧਾਨ ਮੰਤਰੀ ਦੇ ਵਿੱਚ ਤੇ ਮਨੋਵਿਗਿਆਨਕ ਕੋਈ ਅਸਰ ਪੈ ਗਿਆ, ਸ਼ਾਇਦ ਉਹ ਬੋਲ ਨਹੀਂ ਪਾ ਰਹੇ। ਤੇ ਅੱਜ ਇੱਕ ਉਹਦਾ ਰਿਜ਼ਲਟ ਇਹ ਹੋਇਆ ਕਿ ਗਵਰਨਮੈਂਟ ਆਫ ਇੰਡੀਆ ਨੇ ਇੱਕ ਹਾਈ ਪਾਵਰ ਕਮੇਟੀ ਬਣਾਤੀ ਉਹਦੀ ਜਾਂਚ ਦੇ ਵਾਸਤੇ। ਨਹੀਂ ਤਾਂ ਇਹਦੂ ਪਹਿਲਾਂ ਮਨੀਪੁਰ ਦੇਖੋ, ਇਹਦੂ ਪਹਿਲਾਂ ਵੱਖ ਵੱਖ ਮਾਮਲੇ ਦੇਖੋ, ਆਪੋਜੀਸ਼ਨ ਰੌਲਾ ਪਾਉਂਦੀ ਰਹਿੰਦੀ ਸੀ ਤੇ ਸਰਕਾਰ ਕੁਝ ਨਹੀਂ ਸੀ ਕਰਦੀ ਇਹ ਸਾਰੇ ਮਾਮਲਿਆਂ ਤੇ। ਉਹ ਕਹਿੰਦੇ ਜੋ ਅਸੀਂ ਕਰਨਾ ਆਪਣੇ ਢੰਗ ਨਾਲ ਕਰਾਂਗੇ, ਤੇ ਇਹ ਦਿਖਾਈ ਦਿੰਦਾ ਹੁਣ ਉਹਦੇ ਕੋਲ ਲੌਜਿਕ ਆ ਜਾਏਗਾ ਘੱਟੋ ਘੱਟ ਉੱਥੇ ਕਿ ਦੇਖੋ ਜੀ ਅਸੀਂ ਬਣਾ ਤਾਂ ਦਿੱਤੀ, ਹੁਣ ਹਾਈ ਪਾਵਰ ਕਮੇਟੀ, ਜਿਹੜੇ ਦੋਸ਼ੀ ਹੋਣਗੇ ਉਹ ਫੜੇ ਜਾਣਗੇ ਉਸ ਮਾਮਲੇ ਤੇ। ਤੀਜਾ ਸਵਾਲ ਜਿਹੜਾ ਅਜੇ ਖੜਾ ਹੈ ਚੱਲਦੇ ਹੀ, ਜਿਹੜਾ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਨੇ ਪਹਿਲਾਂ ਉਠਾਇਆ ਸੀ ਕਿ ਜਿਹੜੇ ਐਗਜ਼ਿਟ ਪੋਲਾਂ ਵਾਲੀਆਂ ਕੰਪਨੀਆਂ ਨੇ ਮਿਲ ਕੇ, ਮੀਡੀਆ ਨੇ ਮਿਲ ਕੇ ਤੇ ਗਵਰਨਮੈਂਟ ਨੇ ਮਿਲ ਕੇ ਜਿਹੜਾ ਲਗਭਗ 30 ਲੱਖ ਕਰੋੜ ਰੁਪਏ ਦਾ ਲਾਸ ਉਹਨਾਂ ਨੇ ਤਾਂ ਅੰਦਾਜ਼ਾ ਇਹ ਦਿੱਤਾ ਸੀ, ਪਤਾ ਨਹੀਂ ਹੁਣ ਇੰਨਾ ਤਾਂ ਮੇਰੇ 'ਚ ਕੈਲਕੂਲੇਸ਼ਨ ਹੈ ਨਹੀਂ ਕਿ ਕਿਹਦਾ ਲਾਸ ਕਿਵੇਂ ਹੋ ਗਿਆ ਕਿਵੇਂ ਨਹੀਂ। ਇਹ ਬਹੁਤ ਇਹ ਕਹਿੰਦੇ ਅੱਜ ਤੱਕ ਦਾ ਸਭ ਤੋਂ ਬੜਾ ਫਰਾਡ ਹੋਇਆ, ਇਹਦੀ ਜਵਾਬਦੇਹੀ ਗਵਰਨਮੈਂਟ ਨੂੰ ਦੇਣੀ ਪਏਗੀ ਔਰ ਇਹਦੀ ਜਾਂਚ ਕਰਾਉਣੀ ਚਾਹੀਦੀ ਹੈ। ਉਹਨਾਂ ਨੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਦੀ ਜਾਂਚ ਮੰਗੀ ਹੋਈ ਹੈ ਅਜੇ ਤੱਕ। ਹੁਣ ਇਹ ਉਦੋਂ ਜਾ ਕੇ ਜਾਣ ਸਾਰ ਇਹ ਇੱਕ ਮੁੱਦਾ ਖੜਾ ਹੈ ਕਿ ਉਹ ਬਣਾਉਣਗੇ ਨਹੀਂ ਬਣਾਉਣਗੇ। ਇਹ ਦੋ ਤਿੰਨ ਇਸ਼ੂ ਨੇ ਜਿਹੜੇ ਮੇਜਰ ਇਸ਼ੂ, ਮਤਲਬ ਪਹਿਲਾਂ ਹੀ ਪਾਰਲੀਮੈਂਟ 'ਚ ਕਦਮ ਰੱਖਣ ਤੋਂ ਪਹਿਲਾਂ ਹੀ ਆਪੋਜੀਸ਼ਨ ਨੇ ਐਡੇ ਵੱਡੇ ਪੱਧਰ ਤੇ ਉਛਾਲ ਰਹੀ ਹੈ ਤੇ ਜਿਹੜੇ ਗਵਰਨਮੈਂਟ ਲਈ ਸਰਦਰਦੀ ਪੈਦਾ ਕਰ ਰਹੇ ਨੇ ਬਾਕੀ ਗੱਲਾਂ ਦੇ ਨਾਲ। ਜੀ ਮੇਰਾ ਨੁਕਸਾਨ ਹੋਇਆ 82,000 ਰੁਪਏ ਦਾ ਮਿਊਚੁਅਲ ਫੰਡਸ ਦੇ ਵਿੱਚ। ਮੈਂ ਕਾਲੀ ਦੇ ਵਿੱਚ ਬਾਜ਼ਾਰ ਸ਼ੋ ਕਰਦਾ ਤਾਂ ਨੂੰ ਗਿਆ, ਮੈਂ ਕਾਲੀ ਦੇ ਵਿੱਚ ਪੈਸੇ ਕੱਢਣ ਦੇ ਚੱਕਰ 'ਚ ਜਦੋਂ ਸਵੇਰੇ ਐਪ ਤੇ ਦੇਖਿਆ ਤੇ ਕੱਢ ਲਏ ਤੇ ਉਹ ਮੈਨੂੰ ਪਤਾ ਲੱਗਿਆ ਕਿ ਉਦੋਂ ਤੱਕ ਤਾਂ ਮਾਰਕੀਟ ਡਿੱਗ ਵੀ ਪਈ ਸੀਗੀ ਜੀ। ਤੇ ਮੈਨੂੰ ਲੱਗਦਾ ਵੀ ਏਦਾਂ ਹੀ ਲੋਕਾਂ ਦੇ ਨੁਕਸਾਨ ਹੋਏ ਹੋਣਗੇ, ਬੜੇ 10-10, 5-5 ਹਜ਼ਾਰ ਕਰਕੇ ਮਿਊਚੁਅਲ ਫੰਡ 'ਚ ਲੋਕਾਂ ਪਾਏ ਹੁੰਦੇ ਆ ਪੈਸੇ। ਸਰਦਾਰ ਜਗਤਾਰ ਸਿੰਘ ਜੀ ਇੱਕ ਟਿੱਪਣੀ ਫਿਰ ਛੱਡ ਦਈਏ ਜੀ। ਹਾਂ ਲਾਸਟ ਗੱਲ ਪ੍ਰੋਟੈਸਟ ਸਪੀਕਰ ਦੀ ਹੋ ਰਹੀ ਸੀਗੀ, ਇਹ ਜਦੋਂ ਸਹੁੰ ਚੁਕਾਈ ਜਾਂਦੀ ਹੈ ਨਾ, ਮੈਂ ਇਹਨੂੰ ਨਵੀਂ ਸਰਕਾਰ ਦੀ ਸ਼ੁਰੂਆਤ ਮੰਨਦਾ ਹੁੰਦਾ ਜੀ। ਇੰਡੀਆ ਬਲੋਕ ਨੇ ਫੈਸਲਾ ਕੀਤਾ ਪ੍ਰੋਟੈਮ ਸਪੀਕਰ ਦੇ ਨਾਲ ਇੱਕ ਪੈਨਲ ਬਣਦੀ ਹੈ ਉਹਨਾਂ ਨੂੰ ਅਸਿਸਟ ਕਰਨ ਵਾਸਤੇ, ਉਹਦੇ ਵਿੱਚ ਦੋਵੇਂ ਪਾਸਿਆਂ ਤੋਂ ਮੈਂਬਰ ਲਏ ਜਾਂਦੇ ਆ। ਇੰਡੀਆ ਬਲੋਕ ਨੇ ਅਨਾਊਂਸ ਕਰਤਾ ਹੈ ਕਿ ਉਹ ਉਸ ਪੈਨਲ 'ਚੋਂ ਆਪਣੇ ਮੈਂਬਰ ਵਿਦਡਰਾਅ ਕਰ ਰਹੇ। ਤੋ ਜਿਹੜੀ ਨਵੀਂ ਸ਼ੁਰੂਆਤ ਹੈ ਉਹ
ਹੋ ਹੀ ਇਸ ਤਰੀਕੇ ਦੇ ਨਾਲ ਰਹੀ ਹੈ, ਜਿਹਨੂੰ ਅਸੀਂ ਲਫ਼ਜ਼ ਕਨਫਰੋਂਟੇਸ਼ਨ ਕਹਿ ਲਈਏ ਜਾਂ ਕੋਈ ਹੋਰ ਲਫ਼ਜ਼ ਵਰਤ ਲਈਏ, ਸੋ ਉੱਥੋਂ ਸ਼ੁਰੂਆਤ ਹੈ। ਸਹੁੰ ਚੱਕਣ ਤੋਂ ਪਹਿਲੇ ਦਿਨ ਤੋਂ ਹੀ ਇਹ ਆਪਸ ਦੇ ਵਿੱਚ ਆਹਮੋ ਸਾਹਮਣੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ, ਸ਼ੁਕਰੀਆ ਜੀ।